ਵੱਡੀਆਂ ਵੱਡੀਆਂ ਸੋਸਾਇਟੀਆਂ ਜਿਹਨਾਂ ਡਿਫੈਂਸ ਤੇਰੇ ਗਏ ਬੰਦੇ ਲੈਪਟਾਪ ਲੈ ਕੇ ਕੂੜਾ ਚੁੱਕਦੇ ਇਸ ਗਰਕਾ ਹੋ ਗਿਆ ਓਕੇ ਡਨ ਬਈ ਇੰਟਰ ਮਾਰੋ ਬਈ ਇਸ ਗਰ ਇੰਟਰ ਮਾਰੋ ਬਈ ਹਰ ਇੱਕ ਅੰਨਾ ਖਿਲਾੜੀ ਉਹਦੇ ਮੱਥੇ ਤੇ ਦੇਖਿਆ ਕੈਮਰੇ ਕੀ ਅੱਖ ਆਪ ਕੋ ਦੇਖ ਰਹੀ ਅੱਛਾ ਇਹਨਾਂ ਦੇ ਜਿਹੜਾ ਐਫ ਐਮ ਤੇ ਆਰ ਜੇ ਨਾ ਉਹ ਕਹਿੰਦਾ ਭਾਜੀ ਇੱਕ ਫੋਨ ਕਰਕੇ ਸਿਰਫ ਮੈਨੂੰ ਇਹ ਦੱਸ ਦਿਓ ਵੀ ਕੋਈ ਸੁਣਨ ਵੀ ਦਿਆ ਕਿ ਨਹੀਂ ਇੱਕ ਸ਼ੋਅ ਕਰ ਲੈਣਾ ਚਾਹੀਦਾ ਵਾ ਮੇਰੇ ਵੈਸੇ ਹੁਸਨ ਨਹੀਂ ਵੈਸੇ ਨੀ ਲੱਗ ਰਿਹਾ ਕਿ ਮੈਂ ਬੈਠਾ ਚਲੋ ਭਾਈ ਠੀਕ ਹੈ ਸਿਆਪਾ ਹੀ ਪਾ ਲਿਆ ਤੈਨੂੰ ਕਹਿ ਕੇ ਅੱਲਾ ਮਾਫੀ ਦੇ ਗਾਣਾ ਸੁਣਾਈਏ ਫਿਰ ਤੁਹਾਨੂੰ ਨਹੀਂ ਯਾਰ ਤੁਰ ਰਹਿੰਦੇ ਗਾਣਾ ਗੁਣਾ ਰਹਿੰਦੇ ਦੁਨੀਆਂ ਦੇ ਪੰਜੀ ਲੈਣਾ ਪਹਿਲੇ ਸੋਚੀਆਂ ਹੁੰਦੀਆਂ ਵੀ ਤੈਨੂੰ ਕਿਹਾ ਸੁਣਾ ਤੂੰ ਗਾਣਾ ਸ਼ੁਰੂ ਕਰ ਲਾ ਇਹ ਦੇਣੀ ਹੈ ਵੈਸੇ ਦੇਣੀ ਹੈ ਮੈਂ ਅਸਲ ਮੈਂ ਗਲਾ ਖਰਾਬ ਹੈ ਰਾਤ ਖਾਣਾ ਖਾ ਲਿਆ ਸੁਬਹ ਮੈਨੇ ਆਂਡਾ ਟਿੱਕੀ ਖਿਲਾ ਦੀ ਮੈਂ ਬਸ ਇਸ ਕਾਬਿਲ ਨਹੀਂ ਥਾ ਆਪਕੀ ਮੁਹੱਬਤ ਹੈ ਬਸ ਇਹ ਨਾ ਚੀਜ਼ ਕਾ ਕਬੂਲ ਕੀਜੀਏਗਾ ਜੈਸਾ ਵੀ ਹੋਗਾ ਲਾਖ ਲਾਣਤ ਗਾਣਾ ਸ਼ੁਰੂ ਕਰ ਸਿੱਧਾ ਸ਼ੁਰੂ ਕਰ ਗਾਣਾ ਮੈਂ ਫਲਾਂ ਜਗ੍ਹਾ ਗਾਇਆ ਪਹਿਲੇ ਵੀ ਇੱਕ ਵਾਰ ਐਸੇ ਹੋ ਗਿਆ ਥਾ ਮੁਸੀਕੀ ਐਸੀ ਚੀਜ਼ ਹੈ ਇਸਮੇ ਪੂਰਾ ਕੋਈ ਵੀ ਨਹੀਂ ਹੋਤਾ ਮੇਰੇ ਉਸਤਾਦ ਕਹਿਤੇ ਥੇ ਇਸਮੇ ਜੋ ਚੁੱਲੂ ਭਰ ਲੇ ਉਸਕਾ ਦੁਨੀਆ ਮੇਂ ਨਾਮ ਹੋ ਜਾਤਾ ਹੈ ਐਸਾ ਬੈਂਡ ਖਲੋਣ ਜਿੱਡਾ ਅੱਛਾ ਸਿੰਗਰ ਹੋਏਗਾ ਨਾ ਓਡਾ ਆਰਾਮ ਨਾਲ ਸੁਰ ਰੱਖ ਕੇ ਸ਼ੁਰੂ ਕਰਦੇ ਵੱਡਾ ਸਿੰਗਰ ਜਿੱਡੇ ਫਿੱਕੇ ਸਿੰਗਰ ਹੋਣਗੇ ਪੌਣਾ ਮਿੰਟ ਤਮੀਦ ਬੰਦੇ ਰਹਿਣਗੇ ਪਹਿਲੇ ਜੀ ਹਾਂ ਜੀ ਹਾਂ ਤਮਹੀਦ ਸੋਰੀ ਤਹਿਮੀਦ ਤਮਹੀਦ ਹਾਂ ਤਖਮਾ ਤਮਗਾ ਦੇ ਵਿੱਚ ਮੈਂ ਮੇਰਾ ਵੀ ਰੌਲਾ ਪੈ ਮਾਰ ਗਈ ਉਡੀ ਵੱਡੇ ਸਿੰਗਰ ਕੋਈ ਮੇਰੇ ਦਿਲ ਤੇ ਬਸ ਨਾ ਚੱਲੇ ਕੀ ਮਾਰ ਗਈ ਉਡੀਕ ਦੇਖਿਆ ਇਹ ਪ੍ਰੋਫੈਸ਼ਨਲ ਸਿੰਗਰ ਅੱਜ ਨਹੀਂ ਕੁਛ ਨਹੀਂ ਸੀ ਚਲੋ ਤੁਸੀਂ ਹੋਣ ਲੱਗੇ ਸੀ ਸ਼ੁਰੂ ਮੈਂ ਹੀ ਕਹਿੰਦੀ ਐਪਰੀਸ਼ੀਏਸ਼ਨ ਥੋੜੀ ਤਾਰੀ ਜੀ ਉਹੀ ਉਹੀ ਐਪਰੀਸ਼ੀਏਸ਼ਨ ਗਾ ਕੇ ਲੈਣੀ ਤੂੰ ਮੇਰੀ ਮੈਂ ਤੇਰਾ ਹਾਂਜੀ ਸੱਜਣਾ ਵੇ ਜੇ ਤੂੰ ਮੈਂ ਤੇਰੀ ਫਿੱਕਾ ਸਿੰਗਰ ਹਟਾਉਣਾ ਵੀ ਔਖਾ ਤਾਂ ਕਰਨਾ ਜੀ ਜੀ ਪਿਸਟਲ ਰੱਖਣਾ ਨਾ ਸ਼ੋਅ ਚ ਨਹੀਂ ਯਾਰ ਦੇਖਣਾ ਹੁਣ ਏਡਾ ਅੱਛਾ ਗਾਣਾ ਸੀ ਮੈਨੂੰ ਕਿੰਨੇ ਸਾਲਾਂ ਬਾਅਦ ਇਹਨੇ ਯਾਦ ਕਰਵਾਇਆ ਮੈਂ ਤੇ ਗਾਣਾ ਦਸ ਕੀਤਾ ਹੋਇਆ ਸੀ ਤੁਸੀਂ ਸੁਣਾਓ ਹਾਂਜੀ ਨਹੀਂ ਨਹੀਂ ਮੈਨੂੰ ਇੰਨਾ ਹੀ ਯਾਦ ਆ ਬਸ ਮੇਰਾ ਕਿਸ਼ੋਰ ਸਾਹਿਬ ਦਾ ਗਾਣਾ ਹੈ ਉਹਦੇ ਤੋਂ ਵੀ ਤੂੰ ਕੀਤਾ ਹੋਣਾ ਸੀਰੀਅਸ ਸੁਣਾ ਦਵਾਂ ਹੈ ਸੀਰੀਅਸ
ਲਾਰੇ ਭੁੱਲ ਕੇ ਤੇਰੇ ਨੀ ਗੱਲ ਕਹਿਣ ਲਗਾ ਹਾਂ ਤੈਨੂੰ, ਤੂੰ ਵੀ ਛੱਡ ਦੇ ਗਲਤ ਫਹਿਮੀਆਂ, ਆ ਗੱਲ ਨਾਲ ਲਾ ਲੈ ਮੈਨੂੰ, ਉਂਝ ਆਕੜ ਖੋਰੇ ਦੋਵੇ ਆਕੜ ਖੋਰੇ ਦੋਵੇ ਆ ਨਾ ਮਾੜੇ ਦਿਲ ਦੇ ਆ, ਚੱਲ ਛੱਡ ਦੇ ਗੁੱਸਾ ਅੜੀਏ ਫੇਰ ਦੁਬਾਰਾ ਮਿਲਦੇ ਆ, ਚੱਲ ਛੱਡ ਦੇ ਗੁੱਸਾ ਅੜੀਏ ਫੇਰ ਦੁਬਾਰਾ ਮਿਲਦੇ ਆ। ਇੱਥੇ ਐਪਰੀਸ਼ੀਏਸ਼ਨ ਬਣਦੇ ਸੀ ਕਲੈਬ ਦੇ। ਚਲੋ ਜੀ, ਕਿਸੇ ਮਾੜੇ ਧੀ ਪੁੱਤਰ ਗਾਣਾ ਗਾ ਲਈ ਇੱਥੇ, ਉਹ ਗਾ ਦੇ ਉਹ ਡਾਲਰ ਗਿਣਦੀ ਏ, ਉਹ ਮੈਂ ਤਾਰੇ ਗਿਣਦਾ ਬਜਾਰਾ ਬਜਾਰਾ ਤੇਰਾ, ਉਹ ਠਹਿਰੇ ਮੈਂ ਬੋਲਿਆ, ਉਹ ਡਾਲਰ ਗਿਣਦੀ ਏ, ਉਹ ਮੈਂ ਤਾਰੇ ਗਿਣਦਾ ਹੋਕੇ ਲੈ ਲੈ, ਉਹ ਮੈਂ ਤਾਰੇ ਗਿਣਦਾ ਆ, ਇਹਦਾ ਕੋਈ ਠੇਕਾ ਵੀ ਨੀ ਹੈਗਾ। ਥੋੜਾ ਹੋਰ ਰੋ ਕੇ ਡਾਲਰ ਗਿਣਦੀ ਏ, ਉਹ ਡਾਲਰ ਗਾਣਾ ਨਿਕਲ ਗਿਆ ਵਿੱਚੋਂ। ਭੂਤਰੇ ਫਿਰਦੇ ਉਹ ਯਾਰ ਜਿਹੜੇ ਹੁੰਦੇ ਨੇ ਨਾ, ਘਰੋਂ ਸਪੈਸ਼ਲ ਸੂਟ ਪਾ ਕੇ ਮਾਇਆ ਲਵਾ ਕੇ ਤਿਆਰ ਹੋ ਕੇ ਪਹੁੰਚੇ ਹੁੰਦੇ ਨੇ, ਪੂਰਾ ਸਿਰ ਬਣਾ ਕੇ ਗਾਣੇ ਦਾ, ਵਾਜਾ ਨਾਲ ਹਰ ਚੀਜ਼, ਦੋ ਮਜ਼ੀਸ਼ੀਅਨ ਪਿੱਛੇ, ਤੇ ਉਹਨਾਂ ਨੂੰ ਕਹਿੰਦੇ ਨਾ ਹਮਾਰੇ ਕੁਦਰਤੀ ਆਜ ਹਮਾਰੀ ਕਿਸਮਤ ਹਮਾਰੇ ਸਾਥ ਜਨਾਬ ਮੌਜੂਦ ਹੈ ਫਲਾਂ ਫਲਾਂ, ਤੇ ਉਹ ਆ ਕੇ ਤੇ ਘਰੋਂ ਫੁੱਲ ਤਿਆਰੀ ਨਾ ਆਇਆ, ਪੈਸੇ ਵੀ ਮੁੱਕੇ ਆ, ਤੇ ਆ ਕਹੂਗਾ ਮੈਂ ਤਾਂ ਬਸ ਵੈਸੇ ਹੀ ਇਨਕੋ ਕਾਲ ਕੀਤੀ, ਉਹਨਾਂ ਨੇ ਕਿਹਾ ਜਾਂ ਤਾਂ ਮੈਂ ਆ ਗਿਆ, ਵੈਸੇ ਮੈਂ ਮੇਰਾ ਆਇਆ ਨਹੀਂ ਹੂੰ ਮੈਂ, ਲੇਕਿਨ ਆਪ ਲੋਕੋ ਕੀ ਮੁਹੱਬਤ ਹੈ ਤੋ ਮੈਂ ਸੁਣਾ ਦਿੱਤਾ ਕੁਛ ਮੀਆਂ ਵਾਲੀ ਗਾ ਕੇ ਆਇਆ ਹੁਣ, ਦੋ ਦਿਨ ਹੋ ਕੇ ਗੱਲਾਂ ਬਹੁਤ ਖਰਾਬ ਹੈ, ਤੋ ਜੈਸਾ ਵੀ ਹੋਗਾ ਕਬੂਲ ਫਰਮਾਈਏ, ਕਿਉਂਕਿ ਇਹ ਜੋ ਮੌਸੀਕੀ ਹੋਤੀ ਜੇ ਕਿਸੀ ਕੇ ਬਾਪ ਕੀ ਵਿਰਾਸਤ ਨਹੀਂ ਹੈ, ਆਹੋ ਇਹ ਕਿਸੀ ਕੇ ਬਾਪ ਕੀ ਵਿਰਾਸਤ ਨਹੀਂ ਹੈ। ਪੁੱਛਿਆ ਨਹੀਂ ਤੁਹਾਡੇ ਕੋਲ, ਤੁਸੀਂ ਕਿਉਂ ਕਿਹਾ? ਨਹੀਂ ਤੁਸੀਂ ਭਾਵੇਂ ਨਹੀਂ ਪੁੱਛਿਆ, ਲੇਕਿਨ ਮੈਂ ਕਿਉਂਕਿ ਮੈਂ ਦੱਸਣਾ ਦੱਸਣਾ ਉਸਤਾਦ ਜੀ, ਤੁਸੀਂ ਤਾਂ ਹੁਣ ਹਰ ਸ਼ਾ ਕਰੀ ਬੈਠੇ, ਸਾਨੂੰ ਵੀ ਕਿਤੇ ਮਾੜਾ ਮੋਟਾ 27 ਸਾਲ ਨਹੀਂ ਕਹਿ ਲੈਣ ਦਿਆ ਕਰੋ, ਤੁਸੀਂ ਡਬਲਾਂ ਕਰ ਲਈਆਂ ਵੈਸੇ। ਤੁਹਾਡੇ ਹਿਸਾਬ ਨਾਲ ਸਿੰਗਰ ਜਿਹੜਾ ਵਾ ਇਹ ਬਿਲਟਨ ਨਾ ਹੋਵੇ ਤੇ ਸਿੰਗਰ ਬਣ ਸਕਦਾ? ਬਿਲਟਨ ਮਤਲਬ? ਮਤਲਬ ਇੱਕ ਬੰਦੇ ਦੇ ਗਲ 'ਚ ਗਲੇ 'ਚ ਸੋਰੀ ਨਹੀਂ ਹੈ, ਲਾਈਕ ਬੜੇ ਬੰਦੇ ਨੇ ਅਸੀਂ ਨਹੀਂ, 60% ਹੋਣਾ ਚਾਹੀਦਾ, ਹਾਂ 60-65 30% ਜਿਹੜਾ ਨਾ ਉਹ ਮਸ਼ੀਨਾਂ ਸੋਫਟਵੇਅਰ ਉਹਨੂੰ ਕਰ ਦਿੰਦੇ ਹਾਂ, ਯਾਨੀ ਉਹਨੂੰ ਇਹ ਨਹੀਂ ਵੀ ਬਿਲਕੁਲ ਹੀ ਨਾ ਬਚਾ, ਬਿਲਕੁਲ ਆ ਉਹ ਨਹੀਂ ਚੱਕਰ, ਉਹ ਨਹੀਂ ਬਣ ਸਕਦਾ। ਜੀ ਸਾਹਿਬ ਮੇਰੇ ਗਲੇ ਤੋਂ ਤੁਸੀਂ ਮੋਨੋ ਸਟੀਰੀਓ ਕਰ ਲਓ, ਸੱਤੇ ਖਰਾਮ ਸਾਚੀ। ਵੈਸੇ ਇੱਕ ਗੱਲ ਆ, ਮਿੱਠਾ ਤੁਹਾਡੇ ਹਿਸਾਬ ਨਾਲ ਜੇ ਪ੍ਰੈਕਟਿਸ ਕਰੇ, ਮਿਹਨਤ ਕਰੇ, ਜੇ 5.1 ਗਾਉਂਦਾ 5.1 ਚ, ਓਕੇ, ਮਤਲਬ 501 ਰੁਪਿਆ ਲੈਂਦਾ, 501 ਰੁਪਿਆ ਲੈ ਕੇ ਜਿੱਥੇ ਮਰਜ਼ੀ ਲੈ ਜਾਓ ਇਹਨੂੰ, ਭਾਵੇਂ ਅੱਲਾ ਮਾਫ਼ੀ ਦੇਵੇ, ਸ਼ੱਕਰ ਪੜੀਆਂ ਲੈ ਜਾਓ, ਉੱਥੇ ਉੱਥੇ ਗਾਈ ਜਾਏਗਾ ਜਾ ਕੇ। ਫੋਨ ਕੀਤਾ ਮੈਂ ਕਿਹਾ ਕਿੱਥੇ, ਕਹਿੰਦਾ ਲੰਡੀ ਕੋਤਲ ਸ਼ੋਅ ਕਰਨ ਆਇਆ। ਵੀ ਹੁਣ ਅੱਲਾ ਤਾਲਾ ਨੇ ਹਰ ਸ਼ਹਿਰ ਤੋਂ ਤੁਹਾਨੂੰ ਨਵਾਜ਼ ਤਾ, ਤੁਸੀਂ ਸਿੰਗਾਂ ਕਰ ਲਈਆਂ, ਤੁਸੀਂ ਰਫੀ ਸਾਹਿਬ ਗਾ ਲਏ, ਕਿਸ਼ੋਰ ਸਾਹਿਬ ਗੁਮਾਰੇ, ਡਬੰਗਾਂ ਕਰ ਲਈਆਂ, ਚਾਚਾ ਬੂਟਾ ਕਰ ਲਿਆ, ਹੁਣ ਸਾਡੇ ਕੇ ਧੀਆਂ ਪੁੱਤਾਂ ਨੂੰ ਦਿਖਾਉਣ ਦਿਓ ਨਵਾਂ ਟੈਲੈਂਟ। ਇਹਨੂੰ ਕਿੱਥੋਂ ਕੱਢਦੇ, ਮੈਂ ਇਹਨੂੰ ਬਹੁਤ ਮੇਰੀ ਤਬੀਅਤ ਚੜੀ ਜਾਂਦੀ ਹੈ, ਮੈਨੂੰ ਇਹ ਚੰਗੀਆਂ ਹੀ ਨਹੀਂ ਲੱਗਦੀਆਂ ਭਰਾਵਾ, ਸਿੱਧੀ ਗੱਲ ਆ। ਨਹੀਂ ਉਸਤਾਦ ਜੀ, ਉਹਨਾਂ ਨੇ ਵੀ ਇੱਥੋਂ ਹੀ ਖਾਣਾ, ਚਲੋ ਜਿੱਥੋਂ ਵੀ ਖਾਣਾ ਨਾ, ਮੈਨੂੰ ਇਹ ਚੰਗੀਆਂ ਨਹੀਂ ਲੱਗਦੀਆਂ, ਤੁਸੀਂ ਹੱਥ ਤੇ ਲਾਇਓ ਉਹਨੂੰ ਉਸਤਾਦ ਜੀ, ਮੈਂ ਇੱਥੋਂ ਖਾਣਾ, ਉਹ ਵੀ ਸ਼ਕੀਰ ਦੀ ਇਹੀ ਸੀ ਡਾਰਕ ਰੰਗ ਵਾਲੀ, ਉਹ ਦੂਜੀਆਂ ਨਹੀਂ ਮਾਰਨਗੇ ਭਾਈ ਜਾਨ। ਕਿੱਥੋਂ ਮੈਂ ਮੁਰਗੇ ਦੀ ਪਲੇਟ ਸਾਲਨ ਦੀ ਮੰਗਵਾਈ ਆ, 200 ਰੁਪਏ ਦੀ, 300 ਰੁਪਇਆ ਦੇ ਕੇ ਰਾਈਡ ਮੰਗਵਾਈ ਰਾਈਡਰ ਨੂੰ, ਕਿ ਯਾਰ ਇੱਕ ਪਲੇਟ ਅੱਛੀ, 4-5 ਬੋਟੀਆਂ ਪਾ ਕੇ, ਭੁੱਖ ਬਹੁਤ ਲੱਗੀ ਅੱਛੀ, ਉਹ ਲੈ ਕੇ ਆ ਗਿਆ।
ਰੋਟੀਆਂ ਮੈਂ ਕਿਹਾ ਨਾ ਲਿਆਈ, ਉਹਨੇ ਦੂਰੋਂ ਆਉਣਾ ਸੀ ਉਹ ਰਜ਼ਾਬਾਦ ਵਾਲੀ ਸਾਈਡ ਤੋਂ, ਅਤੇ ਮੈਂ ਕਿਹਾ ਇੱਥੋਂ ਲੈ ਲਵਾਂਗਾ ਗਰਮ। ਸ਼ਰਾਜ ਸਾਹਿਬ ਨੂੰ ਮੈਂ ਕਿਹਾ ਸ਼ਰਾਜ ਸਾਹਿਬ ਤੁਸੀਂ ਨਾ ਰੋਟੀਆਂ ਫੜ ਕੇ ਲਿਆਓ, ਭੁੱਖ ਦਾ ਆਲਮ ਮੇਰਾ ਚੈੱਕ ਕਰ, ਤੈਨੂੰ ਪਤਾ ਮੈਂ ਨਹੀਂ ਖਾਧਾ ਅਤੇ ਜੇ ਮੈਂ ਖਾਵਾਂ। ਭਾਅ ਜੀ ਮੈਂ ਓਵਨ 'ਚ ਹੁਣ ਸ਼ਰਾਜ ਦਾ ਵੇਟ ਨਹੀਂ ਹੋ ਰਿਹਾ ਮੇਰੇ ਕੋਲੋਂ ਕਿ ਕਦੋਂ ਆਏਗਾ, ਅਤੇ ਮੈਂ ਥੋੜ੍ਹਾ ਜਿਹਾ ਗਰਮ ਕਰਕੇ ਇਹਨੂੰ ਚੈੱਕ ਕਰਕੇ ਅਤੇ ਫਿਰ ਹੋਰ ਗਰਮ, ਹੋਰ ਗਰਮ ਕਰਕੇ ਅਤੇ ਮੈਂ ਫੁੱਲ ਗਰਮ ਕਰਕੇ ਮਤਲਬ ਨੋਰਮਲ ਜਿੱਦਾਂ ਖਾਣ ਵਾਲਾ, ਅਤੇ ਮੈਂ ਓਵਨ 'ਚੋਂ ਕੱਢ ਕੇ ਨਾਲ ਰੱਖਿਆ। ਮੈਂ ਕਿਹਾ ਜ਼ਰਾ ਮੈਂ ਥੋੜ੍ਹਾ ਫਰੈਸ਼ ਫਰੁਸ਼ ਹੋ ਜਾਊਂ ਅੰਦਰੋਂ ਇਹ, ਅਤੇ ਮੈਂ ਅੰਦਰ ਗਿਆ, ਅੰਦਰੋਂ ਹੋ ਕੇ ਮੈਂ ਫਰੈਸ਼ ਫਰੁਸ਼ ਹੋ ਕੇ ਮੈਂ ਇੱਥੇ ਆਇਆ, ਅਤੇ ਓਵਨ ਦੇ ਨਾਲ ਓਵਨ 'ਚ ਅਤੇ ਪਲੇਟ 'ਚ ਜਿਹੜੀ ਜਗ੍ਹਾ ਸੀ ਨਾ ਉੱਥੇ ਸਰਕਾਰ ਬੈਠੇ। ਅੱਛਾ। ਅਤੇ ਪੰਜ ਬੋਟੀਆਂ ਸੀ, ਇੱਕ ਰਹਿ ਗਈ ਸੀ, ਰੋਟੀਆਂ ਨਹੀਂ ਤੇ ਰੋਟੀਆਂ ਨਹੀਂ ਸੀ ਲਿਆਈਆਂ ਬਰਾਬਰ। ਤੇ ਮਾਤ ਰਤਨ ਭਾਜੀ ਮੈਂ ਬੂਟ ਲਾਇਆ ਵਾ ਯਾਰ, ਠੀਕ ਆਪਣੀ ਆਪਣੀ ਸੋਚ ਹੁੰਦੀ ਭਾਜੀ, ਠੀਕ ਆ ਭਾਈ ਨਹੀਂ ਸਹੀ ਮਾਰਨਾ, ਲੇਕਿਨ ਉਸ ਟਾਈਮ ਮੈਂ ਬੇਕਾਬੂ ਹੋ ਗਿਆ ਸੀ, ਮੈਂ ਆਪਣੇ ਜਜ਼ਬਾਤ 'ਤੇ ਕਾਬੂ ਨਹੀਂ ਪਾ ਸਕਿਆ। ਮੈਂ ਇਸ ਕਿਸਮ ਦਾ ਬੂਟ ਕਰਾਇਆ, ਓਵਨ 'ਚ ਮਾਰਿਆ ਵਾ, ਅਤੇ ਉਹ ਨਾ ਇੱਥੇ ਆ ਕੇ ਬਹਿ ਗਈ, ਯਾਨੀ ਐੜਾ ਬੰਨੀ ਨਹੀਂ ਇਹਦੇ ਅੱਗੇ ਆ ਕੇ ਬਹਿ ਗਈ, ਅਤੇ ਹੁਣ ਮੇਰੇ ਤੋਂ ਓਲੇ ਹੋ ਗਈ। ਮੈਂ ਨਾ ਉਸਤਾਦ ਜੀ ਹੁਣ ਇੱਕ ਪਲੇਟ ਵਾਲ, ਮੇਰਾ ਥੋੜ੍ਹਾ ਜਿਹਾ ਗੁੱਸਾ ਠੰਡਾ ਹੋ ਲੱਗਾ, ਮੈਂ 50 ਲੀਟਰ ਲੈ ਲਿਆ ਚਾਰਜ। ਫਿਰ ਜਨਾਬ ਜੀ ਮੈਂ ਉੱਤੋਂ ਦੇਖਿਆ ਅਤੇ ਮੈਨੂੰ ਨਾ ਉਹਦੀ ਮਗਨ ਟੈਪ ਪੂਛ ਨਜ਼ਰ ਆਈ ਥੋੜ੍ਹੀ ਜਿਹੀ, ਅਤੇ ਉਹਨੂੰ ਨਹੀਂ ਸੀ ਪਤਾ ਕਿ ਵੀ ਭਾਈ ਉੱਤੇ ਹੀ ਆ। ਫਰੀਦ ਖਾਂ ਵੀ ਕਿਸ ਕਿਸਮ ਦਾ ਮੈਂ ਜੌਗਰ ਸਿੱਟਿਆ ਵਾ ਬੰਨ ਗਈ, ਅਤੇ ਉਹ ਇੱਕ ਐਂ ਕਰਕੇ ਉੱਠੀ ਹੈ ਬਾਅਦ 'ਚ, ਤੈਨੂੰ ਸਮਝ ਨਹੀਂ ਆਈ ਅਤੇ ਬਾਹਰ ਜਾ ਕੇ ਨਾ ਉਹ ਉੱਥੇ ਖਲੋ ਕੇ ਵੇਖਣ ਲੱਗ ਪਈ, ਅਤੇ ਮੈਂ ਅੰਦਰ ਗਿਆ ਅਤੇ ਮੈਂ ਉੱਥੋਂ ਇੱਕ ਹੋਰ ਅਚਟਾ ਜੋਗਰ ਲੈ ਗਿਆ, ਦੋ ਮੇਰੇ ਫਰਕ ਹੋ ਗਏ, ਅਤੇ ਮੈਂ ਉਹ ਇੱਥੋਂ ਛੱਡਵਾ ਮਾਰਿਆ। ਅੰਦਰ ਆ ਕੇ ਮੈਂ ਅੱਧਾ ਘੰਟਾ ਆਪ ਹੀ ਬੋਲਿਆ ਇਕੱਲਾ ਗੁੱਸੇ, ਵੀ ਮੈਂ ਉਹ ਜਿਹੜੀਆਂ ਔਰਤਾਂ ਨੂੰ ਨੀ ਗਾਲਾਂ ਦੇ ਦੀਆਂ, ਮੈਂ ਉਹ ਦਿੱਤੀਆਂ, ਮੈਨੂੰ ਨੀ ਯਾਰ ਮੈਨੂੰ ਪਸੰਦ ਹੀ ਨਹੀਂ, ਮੈਂ ਤੁਹਾਨੂੰ ਸਹੀ ਦੱਸਿਆ, ਮੈਨੂੰ ਇਹਦੀਆਂ ਹਰਕਤਾਂ ਨੀ ਚੰਗੀਆਂ ਲੱਗਦੀਆਂ, ਇਹਦੀ ਕੋਈ ਹਰਕਤ, ਮੈਂ 20 ਵਾਰੀ ਤੁਹਾਨੂੰ ਕਿਹਾ ਸ਼ੋਅ ਦੇ ਵਿੱਚ ਵੀ, ਇਹਦੀ ਕੋਈ ਹਰਕਤ ਐਸੀ ਨਹੀਂ ਕਿ ਇੱਕ ਜਿੱਥੇ ਬੰਦਾ ਨਜ਼ਰਅੰਦਾਜ਼ ਕਰ, ਜਿਹੜਾ ਬੰਦਾ ਕੋਈ ਯਾਰ ਦੇਖ ਨਾ ਯਾਰ, ਮੈਂ ਇਸ ਲਈ ਮੈਂ ਕਹਿੰਦਾ ਕੁੱਤੇ ਨੂੰ ਐਵੇਂ ਜ਼ਲੀਲ ਕੀਤਾ, ਕੁੱਤਾ 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 ਕਹਿ ਕੇ ਇਹਨੂੰ ਤੁਸੀਂ ਸਿਰ ਦਾ ਤਾਜ ਬਣਾਇਆ, ਅਗਲੀ ਨੇ ਕਿੱਥੋਂ ਸਾਲਣ ਮੈਂ ਮੰਗਾਇਆ, ਉਸਤਾਦ ਜੀ 300 ਰੁਪਇਆ ਉਹਦਾ ਦਿੱਤਾ, 400 ਦੀ ਸਾਲਣ ਦੀ ਪਲੇਟ, ਅਗਲੀ ਖਾ ਕੇ ਉੱਤੇ ਚੜ੍ਹ ਕੇ ਅੱਛੇ ਤਰੀਕੇ ਨਾਲ ਉੱਤੇ ਚੜ੍ਹ ਕੇ ਓਵਨ ਦੇ ਨਾਲ ਪਲੇਟ ਦੇ ਬੈਕ, ਕੋਈ ਉਹਨੂੰ ਪੁੱਛਣ ਕਿਸੇ ਨੇ ਲੈਗਾ, ਠੀਕ ਹੈ ਜੀ ਇਹਨੂੰ ਤੁਸੀਂ 10 ਸਾਲ ਇੱਥੇ ਭਾਈ ਜੋ ਕੁਛ, ਇਹ ਤੁਹਾਡਾ ਇੱਥੇ ਦੁੱਧ ਪਿਆ ਹੋਏਗਾ, ਇਹ ਨਹੀਂ ਸੋਚੇਗੀ ਕਿ ਯਾਰ ਇਹ ਮੇਰਾ ਘਰ ਆ ਔਰ ਇਹ ਨੁਕਸਾਨ ਦੇ ਚੀਜ਼ ਕਰ ਜਾਏਗੀ ਨੁਕਸਾਨ, ਯਾਰ ਮੇਰੀ ਗੱਲ ਸੁਣਨਾ, ਕੁੱਤਾ ਦੇਖਿਆ ਕਦੀ ਤੇਰੇ ਘਰ ਇੱਦਾਂ ਫਿਰਦਾ ਜਿਵੇਂ ਬਿੱਲੀ ਫਿਰੀ, ਬਾਹਰ ਬਾਰਾਂ ਕੁੱਤੇ ਵੀ ਤੇ ਫਿਰਦੇ ਪਏ ਫਿਰਦੇ, ਤੇਰੇ ਘਰ ਕਦੀ ਫਿਰਿਆ ਇੱਦਾਂ ਜਦੋਂ ਬਿੱਲੀ ਫਿਰਦੀ ਹੈ, ਕਦੀ ਤੇਰਾ ਬੂਹਾ ਖੁੱਲ੍ਹਾ ਹੋਵੇ 11 ਵਜੇ ਤੱਕ ਕੁੱਤਾ ਅੰਦਰ ਵੜ ਕੇ ਕਿਚਨ ਦੇ ਉੱਤੇ ਚੜ੍ਹ ਕੇ ਦੁੱਧ ਪੀ ਰਿਹਾ ਹੋਵੇ, ਕੁੱਤਾ ਵੀ ਦੁੱਧ ਪੀਂਦਾ, ਹਾਂਜੀ ਕਦੀ ਦੇਖਿਆ ਤੂੰ ਬੈੱਡ ਤੇ ਸੁੱਤਾ ਤੇ ਥੱਲੇ ਉਹ ਕੁੱਤੇ ਦੀ ਆਵਾਜ਼ ਆ ਰਹੀ ਹੋਵੇ, ਨਹੀਂ ਨਹੀਂ ਹੋਇਆ, ਇਹ ਕਰੈਕਟਰ ਸਾਰਾ ਉਹ ਆ, ਤੂੰ ਸੁੱਤਾ ਵਾ ਥੱਲੇ ਉਹ ਸੁੱਤੀ ਹੈ, ਥੋੜੀ ਦੇਰ ਬਾਅਦ ਉਹਨੂੰ ਪਤਾ ਲੱਗਣਾ ਤੇਰੇ 4-5 ਵੀ ਥੱਲੇ ਹੋ ਗਏ ਨਾਲ, ਮਤਲਬ ਕਿ ਉਹ ਤੇਰੇ ਨਾਲ ਤੇਰੇ ਉਹ ਵੀ ਹੋ ਗਏ ਨਾਲ 4 ਉਹਦੇ ਬੱਚੇ ਵੀ, ਉਹ ਵੀ ਉੱਥੇ ਪਾਲ ਰਹੇ ਨੇ, ਉਸ ਤੋਂ ਬਾਅਦ ਤੁਸੀਂ ਲਿਆਂਦਾ ਗੋਸ਼ਤ ਆਪਣੀ ਵੱਲੋਂ ਤੁਸੀਂ ਰੱਖਿਆ, ਉਹਦੇ ਚ ਬੋਟੀਆਂ ਗਏ, ਤੁਸੀਂ ਦੁੱਧ ਰੱਖਿਆ ਉਹ ਗਿਆ, ਅਜ਼ਾਬ ਕੋਈ ਇਹਨੂੰ ਸ਼ਰਮ ਲਿਆਦ ਨੀ ਹੈਗਾ, ਤੁਸੀਂ ਹੁਣ ਸਿਰਫ ਬੱਚਿਆਂ ਵੱਲ ਦੇਖੋ, ਤੁਸੀਂ ਉਹਦੀਆਂ ਗਲਤੀਆਂ ਇਗਨੋਰ ਕਰੋ, ਕਿਉਂ ਜੀ ਬੱਚਿਆਂ ਦੀ ਜ਼ਿੰਦਗੀ ਖਰਾਬ, ਜੋ ਬਿੱਲੀ ਦਿਲ ਲਾਉਂਦੀ ਉਹ ਬੰਦੇ ਦਾ ਕੁੱਤਾ ਤੇ ਨਹੀਂ ਨਾ, ਬਿੱਲੀ ਤੈਨੂੰ ਉਹਨੂੰ ਯਾਦ ਦੀ ਕਹਾਣੀ ਸੁਣਾਉਂਦੀ ਹੈ ਬੇਟਾ, ਜਿੱਦਾਂ ਦਾ ਕੁੱਤਾ ਵਫਾ ਤੇ ਪਿਆਰ ਕਰਦਾ ਤੇ ਕੁੱਤਾ ਚੱਕ ਵੀ ਐਡਾ ਭਰਦਾ ਹੈ, ਨਹੀਂ ਭਰਦਾ
ਨਹੀਂ ਭਰ ਉਹ ਤੂੰ ਟੋਟਲ ਐਡਾ ਨਹੀਂ ਹੈਗਾ ਚੱਕ ਭਰ ਲਵੇ ਯਾਰ ਨਹੀਂ ਹਾਂਜੀ ਚੱਕ ਭਰ ਲਵੇ ਖੈਰ 14 ਟੀਕੇ ਲਵਾ ਉਹ 14 ਹੁਣ ਉਹ ਟਿਕੀਆਂ ਰਹਿਣੇਗਾ ਹੁਣ ਹੁਣ ਤੇ ਅਗਲੇ ਇੰਜ ਕਰਕੇ ਇੱਕੋ ਇੰਜੈਕਸ਼ਨ ਲੱਗਦਾ ਠੀਕ ਘੱਟ ਗਿਆ ਉਹ ਹੁਣ ਚੱਕ ਭਰ ਲਵੇ ਇਹ ਤੇ ਨਹੀਂ ਵੀ ਤੁਸੀਂ 7 ਕਿਲੋਮੀਟਰ ਤੋਂ ਚਿਕਨ ਮੰਗਾਇਆ ਭੁੱਖ ਤੁਹਾਨੂੰ ਲੱਗੀ ਹੋ ਤੇ ਅਗਲਾ ਖਾ ਜਾਵੇ ਇਹਦੇ ਨਾਲੋਂ ਮੇਰਾ ਅੱਖਾ ਖਾ ਜਾਵੇ ਕੁੱਤਾ ਚਲੋ ਇਹ ਅੱਧਾ ਛੱਡ ਜਾਂਦੀ ਵਿੱਚ ਕੁੱਤਾ ਵਿੱਚ ਛੱਡ ਗਈ ਸੀ ਲੇਕਿਨ ਉਹ ਖਾਣਾ ਕਿੰਨੇ ਸੀ ਜਿਸ ਹੌਸਲੇ ਨਾਲ ਮੈਂ ਉਹਨੂੰ ਸਿੱਟਿਆ ਬੇਸ ਸਿੰਕ ਚ ਸਾਲਣ ਨੂੰ ਖਾਣ ਕੋਟੀ ਧੋ ਕੇ ਖਾਣੀ ਚਾਹੀਦੀ ਬਾਹਰ ਜਾ ਕੇ ਅੱਛਾ ਉਹ ਜਿਹੜਾ ਮੇਨ ਲੈਗ ਪੀਸ ਸੀ ਨਾ ਉਹ ਬਚਿਆ ਸੀ ਮੈਂ ਤਾਂ ਬਾਹਰ ਜਾ ਕੇ ਦਿਲ ਕਰੇ ਅਗਲੀ ਲੱਤਾਂ ਚੁੱਕ ਕੇ ਦੀ ਸ਼ਿਟ ਲੈਗ ਪੀਸ ਰਹਿ ਆਹੋ ਨਾਲੇ ਇਹ ਕੋੜੀ ਨੀ ਹੁੰਦੀ ਕੁੱਤਾ ਕੋੜਾ ਵੀ ਹੋ ਜਾਂਦਾ ਇਹ ਭੌਂਕਦੀ ਵੀ ਨਹੀਂ ਚੱਲ ਭੌਂਕਦਾ ਵੀ ਉਹ ਤੂੰ ਕੁੱਤਾ ਜ਼ਬਾਨ ਥੱਲੇ ਰੱਖ ਕੇ ਦੇਖਿਆ ਵੀ ਕੌੜਾ ਵਾ ਅੱਛਾ ਇਹ ਜਿਹੜੀ ਆਪਣੇ ਦਫ਼ਤਰ ਹੈ ਨਾ ਗੂਗਲ ਕਰ ਲਵੋ ਖਬਰ ਸੱਚੀ ਹੈ ਮੈਂ ਕਦੀ ਵੀ ਨਾ ਗੈਰ ਅਖਲਾਕੀ ਜਿਹੜੀ ਆ ਗਲਤ ਖਬਰ ਨਹੀਂ ਦਿੰਦਾ ਸਰ ਜੀ ਇੱਕ ਪਰਿੰਦਾ ਵਾ ਤੇ ਉਹ ਪਰਿੰਦਾ ਚੋਰ ਪਰਿੰਦਾ ਸਾਬਤ ਹੋਇਆ ਇੰਗਲੈਂਡ ਦੇ ਵਿੱਚ ਰੀਸੈਂਟਲੀ ਵਾਕਿਆ ਹੋਇਆ ਕਿ ਉਹ ਪਰਿੰਦਾ ਨਾ ਇੱਕ ਸ਼ੋਪਿੰਗ ਮਾਲ ਚੋਂ ਨਾ ਗੌਰਮੈਂਟ ਨੇ ਉਹਦੇ ਤੇ ਉਹਨੂੰ ਚੋਰ ਪਰਿੰਦਾ ਤੇ ਉਹਦੀ ਸਜ਼ਾ ਵੀ ਰੱਖੀ ਉਹਨੂੰ ਫੜ ਕੇ ਉਹਨੂੰ ਕੈਦ ਕਰਨਾ ਉਹ ਫੜਿਆ ਨੀ ਜਾ ਰਿਹਾ ਦਾ ਵਾਕਿਆ ਇਹਨੇ ਸੁਣਾਇਆ ਮਾਮੂ ਕਾਜਨ ਦੀ ਗੱਲ ਆ ਅਖਬਾਰਾਂ ਚ ਖਬਰ ਆਈ ਹੈ ਕਾਂ 2 ਲੱਖ ਰੁਪਇਆ ਚੁੱਕ ਕੇ ਲੈ ਗਿਆ ਪਿੰਡ ਦੀ ਗੱਲ ਆ ਮਾਮੂ ਕਾਂਜਨ ਦੀ ਉਹ ਕਾਂ ਸਾਹਿਬ ਆਏ ਤੇ ਉਹਨੇ ਚੁੰਝ ਭਰੀ ਆ ਰੁਮਾਲ ਚ ਬੰਨੇ ਹੋਏ ਸੀ ਤੇ ਚੁੱਕੇ ਕਿਉਂ ਆਪਣੀ ਬਰਾਦਰੀ ਨੂੰ ਸਾਹਿਬ ਕਹਿ ਰਿਹਾ ਕਾਂ ਸਾਹਿਬ ਇਹ ਉਸ ਤੋਂ ਬਾਅਦ ਕਾਂ ਨੂੰ ਲਿਆ ਕੇ ਉਹਨੂੰ ਸੁਕਾ ਰਿਹਾ ਵਾ ਪੈ ਅੱਗੇ ਰੱਖ ਕੇ ਚੁਕਾ ਰਿਹਾ ਚੂਹੇ ਤੇ ਲੈ ਗਏ ਸੀ ਉਹ ਤੇ ਮੇਰੇ ਤੇ ਪਿਆ ਸੀ ਕੇਸ ਨੀ ਸੀ ਪਿਆ ਮੈਂ ਤੁਹਾਨੂੰ ਦੱਸਿਆ ਨੀ ਸੀ ਮੰਦਰ ਗਰੀਆ ਲੱਭੀ ਮਾਰਕੀਟ ਮੈਂ ਜੋਬ ਕਰਦਾ ਮੈਂ ਇੰਜ ਕਰਕੇ 2 ਲੱਖ ਰੁਪਇਆ ਰੱਖਿਆ ਸੀ ਇਹਨੂੰ ਪੰਡ ਚੀ ਮੈਨੂੰ ਕਹਿੰਦੇ ਪੈਸੇ ਪੜ੍ਹ ਉੱਤੋਂ ਮੈਂ ਦੇਖਿਆ ਤੇ ਮੇਰਾ ਹੱਥ ਇੰਨਾ ਅੰਦਰ ਚਲਾ ਗਿਆ ਪੈਸੇ ਕਿਤੇ ਵੀ ਨਹੀਂ ਰੌਲਾ ਪੈ ਗਿਆ ਮੇਰਾ ਰੋਣ ਵਾਲਾ ਮੂੰਹ ਹੋ ਗਿਆ ਭਾਈ ਉਹ ਜਿਹੜਾ ਮੈਨੂੰ ਵੇਖੇ ਚੋਰ ਨਜ਼ਰ ਆਉਣਾ ਮੈਂ ਨਿਗਾਹ ਜਾਂਦਾ ਸੀ ਮੈਂ ਭਾਈ ਰੋ ਰੋ ਬੁਰਾ ਉਸ ਤੋਂ ਬਾਅਦ ਉਹ ਆਇਆ ਉਹਨੇ ਕਿਹਾ ਯਾਰ ਨਾ ਯਾਰ ਕੁਛ ਨਹੀਂ ਹੁੰਦਾ ਪੁੱਤਰ ਉਹਨਾਂ ਨੂੰ ਪਤਾ ਸੀ ਇਹਨੇ ਕਿੱਥੇ ਲੈ ਕੇ ਜਾਣੇ ਫਿਰ ਭਾਅ ਜੀ ਉਹ ਇੱਕ ਬੰਦਾ ਆਇਆ ਉਹਨੇ ਕਿਹਾ ਜੀ ਚੂਹੇ ਜਿਹੜੇ ਹੁੰਦੇ ਨੇ ਨਾ ਜੀ ਜਿਹੜੇ ਇਹ ਸਮੈਲ ਵਾਲੇ ਨੋਟ ਹੁੰਦੇ ਜਿੱਦਾਂ ਕੱਪੜੇ ਵਾਲੇ ਦੁਕਾਨਾਂ 'ਤੇ ਕਰਿਆਨੇ ਵਾਲੀ ਦੁਕਾਨਾਂ 'ਤੇ ਇਹਨਾਂ ਨੂੰ ਕੁਤਰਦੇ ਆ ਉਹ ਭਾਈ ਉਹ ਸਾਰਾ ਫੱਟਾ ਪੁੱਟਿਆ ਥੋੜ੍ਹਾ ਅੱਗੇ ਗਏ ਕੁੰਤਰਾਂ ਲੱਭੀਆਂ ਅੱਗੇ ਗਏ ਉਹਨਾਂ ਨੇ ਭਾਈ ਬਰਬਾਦ ਕੀਤਾ ਮੇਰਾ ਖਲਕ 50-60 ਹਜ਼ਾਰ ਰੁਪਇਆ ਬਚਿਆ ਬਾਕੀ ਚੱਲਣ ਵਾਲੇ ਨਹੀਂ ਸੀ ਸਾਰੀ ਰਾਤ ਅਰਬਾਂ 'ਚ ਖੇਡਦੇ ਰਹੇ ਸ਼ਾਦੀ ਮੈਂ ਸਭ ਤੋਂ ਅਹਿਮ ਜ਼ਿੰਦਗੀ ਚ ਹੁੰਦੀ ਸ਼ਾਦੀ ਹੈ ਤੂੰ ਉਹ ਕੀਤੀ ਹੈ ਦੋ ਕਹਿ
ਹੁਣ ਇੱਕ ਤੂੰ ਕਰ ਲਈ ਹੈ, ਦੋ ਚੀਜ਼ਾਂ ਨਹੀਂ ਮੈਂ ਕੀਤੀਆਂ। ਮੈਂ ਨਾਂ ਲੈ ਲਿਆ, ਸਾਰੇ ਨਾਂ ਲੈ ਲਏ, ਤਿੰਨਾਂ ਦੇ ਲੈ ਲਏ। ਉਹ ਭਾਈ ਮਕਾ ਬ੍ਰਾਂਚ ਮੈਨੇਜਰ ਨਾ ਬਣ, ਮਕਾ ਗੱਲ ਨੂੰ ਮਕਾ ਦੇ। ਤਿੰਨ ਚੀਜ਼ਾਂ ਨੇ ਜ਼ਿੰਦਗੀ 'ਚ ਕੀਤੀਆਂ, ਝੂਠ, ਹਾਂਜੀ, ਝੂਠ ਔਰ ਚੋਰੀ, ਔਰ ਚੌਥੀ ਇੱਕ ਮੈਂ ਆਪਣੇ ਤੌਰ ਤੇ ਸੋਚੀ ਕਿ ਗੰਦ 'ਚ ਹੱਥ ਨਹੀਂ ਮਾਰ। ਲਓ ਜੀ, ਝੂਠ ਤੇ ਝੂਠ, ਇਹਨੇ ਕਿਹਾ ਝੂਠ ਝੂਠ, ਝੂਠ ਤੇ ਮਸ਼ਹੂਰ ਆ ਤੁਹਾਡਾ, ਉਹ ਤੁਹਾਡੇ। ਅੱਛਾ, ਝੂਠ ਝੂਠ ਤੇ ਅੱਗੇ ਚੋਰੀ, ਚੋਰੀ ਇਹ ਨਹੀਂ ਕੀਤੀ, ਠੀਕ ਹੈ। ਚੌਥਾ ਇੱਕ ਗੰਦ 'ਚ ਹੱਥ ਨਹੀਂ ਮਾਰਨਾ। ਤੂੰ ਪਹਿਲੇ ਤਿੰਨ ਕਹੀਆਂ ਚੀਜ਼ਾਂ, ਚੌਥਾ ਮੈਂ ਆਪ ਕੀਤਾ ਸੋਚਿਆ, ਮੈਂ ਕਾਲ ਪੜਿਆ ਸੀ ਨਾ, ਇਹ ਨਹੀਂ ਮੈਂ ਕਰਨੀਆਂ। ਚਾਰੇ ਕੰਮ ਨਾ ਫ੍ਰੀ ਤੋਂ ਕਰ ਰਹੇ, ਤੂੰ ਭੁੱਖਾ ਮਰ ਜਾਵੇਂ, ਤੈਨੂੰ ਦੱਸਦਾ ਜੀ। ਹਾਂਜੀ, ਝੂਠ ਝੂਠ ਤੇ ਇਹਨਾਂ ਦੀ ਮਸ਼ਹੂਰ ਆ, ਇਹਨਾਂ ਦੇ ਤੇ ਇੱਥੋਂ ਬੁੱਲ ਪਾਟੇ ਹੁੰਦੇ ਆ, ਹੁਣ ਤੇ ਮਾੜੇ ਮਾੜੇ ਠੀਕ ਹੋਏ। ਇਹੋ ਜਿਹਾ ਬੰਦੇ ਤੇ ਨਾ ਸੱਤ ਦਾਣੇ ਨਿਕਲ ਇਹਨਾਂ ਚਿਹਰੇ ਤੇ, ਕਹਿਣ ਲੱਗ ਪੈਂਦੇ ਛੇ ਕਾਣਾ ਆ ਗਿਆ ਤੂੰ ਯਾਰ। ਨਹੀਂ, ਇਹਨਾਂ ਦੇ ਸੱਤ ਦਾਣੇ ਨਿਕਲ ਆਉਣਾ ਤੇ ਕੋਈ ਪੁੱਛੇ ਕੀ ਹੋਇਆ, ਕਹਿੰਦੇ ਮੁਗਲਾਈ ਨਿਕਲੀ ਹੈ। ਸਾਜੀ ਬਿੱਲੀ ਤੇ ਲੋਕਾਂ ਪਤਾ ਕਿਹੜੀ ਕਿਹੜੀ ਗੱਲ ਹੋਈ ਬਿੱਲੀ ਤੇ, ਬਿੱਲੀ ਤੇ ਕਹਾਵਤਾਂ ਯਾਰ, ਚਿੱਟੀ ਬਿੱਲੀ ਵੇ ਵਕੀਲਾ ਤੇਰੀ। ਉਹ ਭਾਈ ਜਾਨ ਮੈਂ ਮੰਨਦਾ ਵਾ ਸਾਰਾ ਠੀਕ ਆ, ਗਾਣੇ ਹਰ ਜਗ੍ਹਾ ਤੇ ਬਿੱਲੀ ਦਾ ਹਿਸਾਬ ਕਿਤਾਬ, ਏਦਾਂ ਦੇ ਬੜਿਆਂ ਦਾ ਵਾ, ਕੋਵੇ ਦਾ ਵੀ ਆ, ਚਿੜੀਆਂ ਦਾ ਵੀ ਆ, ਅਬਾ ਬੀਲਾਂ ਦਾ ਵੀ ਆ, ਹਾਥੀਆਂ ਦਾ ਵੀ ਆ, ਉਧਰ ਨੂੰ ਨੀ ਜਾਣਾ। ਇੱਕ ਮੈਂ ਵੈਸੇ ਨਾਰਮਲ ਗੱਲ ਕਰ ਰਿਹਾ, ਹਾਂ ਵੀ ਬਣਿਆ ਕਿ ਭਾਈ ਮੈਨੂੰ ਇੱਕ ਨਹੀਂ ਪਸੰਦ, ਮੈਨੂੰ ਉਹਦੀ ਆਦਤਾਂ ਨੀ ਪਸੰਦ, ਸ਼ੋਹੀ ਤਬੀਅਤ ਚੜੀ ਐਵੇਂ, ਮਤਲਬ ਜਿੱਦਣ ਮਰਜ਼ੀ ਵੜ ਗਈ, ਏਦਾਂ ਦਾ ਬੰਦਾ ਹੋਵੇ ਅੱਲਾ ਮਾਫ਼ੀ ਘਰੋਂ ਕੱਢ ਦਿੰਦੇ। ਉਸਤਾਦ ਜੀ ਹੁਣ ਬੱਚਿਆਂ ਵੱਲ ਵੇਖੋ ਤੁਸੀਂ, ਛੱਡ ਦਿਓ ਇਸ ਗੱਲ ਨੂੰ, ਹੁਣ ਹੋ ਜਾਂਦੇ। ਚਲੋ ਭਾਜੀ ਕੋਈ ਗੱਲ ਨੀ, ਸਮਝਾਉਂਦੇ ਭਾਈ ਤੁਸੀਂ। ਉਹ ਮੇਰੇ ਕਿਤੇ ਮੁੱਛਾਂ ਇੱਥੇ ਇੱਥੇ ਆ, ਮੈਂ ਮਿਉਂ ਮਿਉਂ ਕਰਨ ਡਿਆ। ਤੁਸੀਂ ਤੇ ਯਾਰ ਤੁਹਾਡੇ ਵਰਗੇ ਸਿਆਣੇ ਵੀ ਮੈਨੂੰ ਹੀ ਕਹੀ ਜਾਂਦੇ ਆ, ਤੂੰ ਮੈਨੂੰ ਇੱਕੋ ਪਾਸੇ ਹੀ ਜ਼ੋਰ ਪਾਈ ਜਾ ਰਿਹਾ। ਵੇਖੋ ਤੁਸੀਂ ਉਸਤਾਦ ਜੀ, ਤੁਹਾਡਾ ਕੁਛ ਨੀ ਜਾਣਾ, ਉਹਦੇ ਤੇ ਲੇਬਲ ਲੱਗ ਜਾਣਾ। ਹਾਂਜੀ, ਨਾਲੇ ਆਪਣਾ ਸਾਲਣਾ ਆਪਣੇ ਹੱਥ 'ਚ ਬੰਦੇ ਨੂੰ ਰੱਖਣਾ ਚਾਹੀਦਾ। ਭਾਜੀ ਤੁਹਾਨੂੰ ਨਹੀਂ ਸਮੇਂ ਲੱਗਣ ਦੇ ਉਹ ਕੀ ਕਹਿੰਦੇ ਆ, ਤੁਸੀਂ ਈਜ਼ੀ ਹੋ ਜਾਓ, ਤੁਸੀਂ ਕਟਿੰਗ ਕਰਾਓ, ਥੋੜਾ ਤੁਹਾਡਾ ਹਵਾ ਪਵੇ ਦਿਮਾਗ 'ਚ। ਭਾਜੀ ਕਟਿੰਗ ਕਰਾ ਲਈ, ਹਾਂਜੀ ਬਿੱਲੀ ਨਹੀਂ ਕਰਾਈ ਕਟਿੰਗ, ਕਟਿੰਗ ਨਹੀਂ ਕਰਾਈ, ਘੁੱਟ ਕੇ ਵਾਹੇ ਹੁਣ ਕੀ, ਹੁਣ ਸਾਰਦਾ ਇੱਥੋਂ ਅੱਧਾ। ਨਹੀਂ 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 ਕਰਾਈ ਤੁਸੀਂ ਕਟਿੰਗ, ਤਾਜੀ ਉਹ ਤੁਸੀਂ ਵਾਹ ਕੇ ਸਿਰਫ ਪਾਣੀ ਲਾ ਕੇ ਜ਼ਰਾ ਥੋੜਾ ਸੈੱਟ ਕਰਕੇ ਆ ਗਏ, ਤੁਸੀਂ ਕਟਿੰਗ ਨਹੀਂ ਕਰਾਈ, ਖਾਤ ਕਰਾ ਕੇ ਜੀ। ਨਹੀਂ ਭੈਣ ਹੈ ਖਾਤ, ਇਹ ਇੱਕ ਹਲਕਾ ਜਿਹਾ ਮੈਸੇਜ ਨਹੀਂ ਕਰਾ ਗਿਆ, ਤੂੰ ਖਤ ਦੀ ਗੱਲ ਕਰਦਾ, ਛੱਡ ਦੇ। ਲੇਕਿਨ ਇਹਨਾਂ ਅਤਿਆਚਾਰ ਅੱਛਾ ਨੀ ਹੈਗਾ ਉਸਤਾਦ ਜੀ, ਤੁਸੀਂ ਉਹ ਵਿੰਗੀ ਕਰਤੀ, ਫਲਿੱਪ ਵਾਲੀ ਬਿੱਲੀ ਕਰਤੀ, ਰੋੜ ਹੀ ਦਿੱਤੀ ਆ, ਗਾਂਢੀ ਬੰਨਤੀ ਆ, 20 ਸਾਲ ਉਹਦੇ ਨਾਲ ਗੇਮ ਕਰਦੇ ਰਹੇ ਗੋਟ ਵਾਲੀ ਹੈ, ਤੁਸੀਂ ਬਿਲਕੁਲ ਜੀਰੋ ਹੀ ਬਣਾਤਾ ਵਾ, ਨਹੀਂ ਕਰੀਦਾ। ਨਹੀਂ ਏਡਾ ਵੀ ਨਾ ਮੈਂ ਮਾਰਿਆ, ਹੁਣ ਤੂੰ ਮੇਰੇ ਸਿਰ ਨਾ ਕਰਾ ਸਾਰਿਆਂ ਨੂੰ, ਏਡਾ ਮੈਂ ਕਿਤੇ ਕਰਦਾ, ਚੰਗੀ ਭਲੀ ਤੁਰੀ ਫਿਰਦੀ ਆ, ਹੁਣ ਰੱਖ ਸਾਲਣ, ਜੇ ਨਾ ਖਾ ਗਈ ਦੁਬਾਰਾ ਗੱਲ ਕਰੀ ਆਪਣੇ ਸਾਲਣ ਦੀ ਆਪ ਸੁਭਾਅ ਚ ਕਰ। ਨਹੀਂ ਨਾ ਯਾਰ, ਜਾਨਵਰ ਦਾ ਮੂੰਹ ਮਾਰਨੇ, ਜਾਨਵਰ ਦਾ ਨਹੀਂ ਯਾਰ, ਸਾਰੀ ਦੁਨੀਆ ਦੇ ਜਾਨਵਰ ਨੇ ਯਾਰ ਤੁਰੇ ਫਿਰਦੇ ਬਾਹਰ, 36,000 ਪਰਿੰਦੇ ਨੇ, ਕਦੀ ਦੇਖਿਆ ਪਰਿੰਦਾ ਆ ਕੇ ਅੰਦਰ, ਤੁਸੀਂ ਪਾਣੀ ਪਾਓ ਉੱਤੇ ਉੱਤੋਂ ਹੀ ਪੀ ਕੇ ਨਿਕਲ ਜਾਏਗਾ, ਪਿਆਸਾ ਮਰ ਜਾਏਗਾ, ਕਦੇ ਦੇਖਿਆ ਤੁਹਾਡੇ ਕਮਰਿਆਂ 'ਚ ਵੜਿਆ ਕੋਈ ਐਵੇਂ। ਤੇ ਇਸ ਹਿਸਾਬ ਨਾਲ ਚੂਹਾ ਵੀ ਬਦਤਮੀਜ਼ ਆ। ਮਤਲਬ ਕਿ ਬਿਲਕੁਲ ਕੋਈ ਨੀ ਹੈਗਾ, 15-20 ਮਿੰਟ, ਅੱਧਾ ਘੰਟਾ, ਘੰਟਾ ਉਹਨੇ ਦੇਖਿਆ ਕੋਈ ਨੀ, ਉਦੋਂ ਨਿਕਲਦੇ ਨੇ ਕਰੈਕਟਰ, ਹਲਕੀ ਜੀ ਆਹਟ ਤੋਂ ਦੌੜ ਜਾਂਦੇ ਨੇ। ਇਹ ਤੇ ਦਿਨ ਦਿਨ ਦਿਹਾੜੇ ਭਾਜੀ, ਭਾਜੀ ਸ਼ੀਸ਼ੀਸ਼ ਵੀ ਕਰ, ਸ਼ੀਸ਼ੀਸ਼ ਨੂੰ ਤੇ ਸਮਝਦੇ ਕੁਛ ਨੀ, ਦਿਨ ਦਿਹਾੜੇ ਭਾਜੀ, ਤੁਸੀਂ ਇੰਜ ਕਰਕੇ ਇੱਧਰ ਹੋਇਆ, ਤੁਸੀਂ ਇੱਧਰ ਆਏ ਤੇ ਹੈ ਨੀ ਫੁਰਤੀ, ਇਹ ਤੇ ਉਹ ਕਰੈਕਟਰ ਨੇ, ਚੂਹਾ ਤੇ ਬੋਰ ਸਾਹਿਬ ਆ। ਇਹਨਾਂ ਦੇ ਘਰ ਦੀਆਂ ਬਿੱਲੀਆਂ ਤੇ ਬਾਹਰ ਕਿਤੇ ਜਾਂਦੀਆਂ ਨੇ ਬੋਟੀ ਬਣ ਕੇ ਲਿਆ ਕੇ ਇਹਨਾਂ ਦੀ ਹਾਂਡੀ ਚ, ਮੌਲਾ
ਸਾਰੇ ਬੈਠੇ ਆ ਤੇ ਉਹ ਆਪਣੇ ਚਾਰੇ ਬੱਚੇ ਲਿਜਾ ਕੇ ਬੜਾ ਸੋਹਣਾ ਤੇ ਉਹ ਬਾਜੀ ਹੋਣੀ ਲੱਗੇ ਨੇ ਮੌਜ ਕਰਨ ਲਿਟਰੀ ਆ ਬੱਚੇ ਵੀ ਉਹਨੂੰ ਪਤਾ ਵੀ ਇਹਨੂੰ ਕਿਹਨਾਂ ਨੇ ਹੱਥ ਲਾਉਣਾ ਨੂੰ ਕਬਾਬਸ਼ ਸਮਝ ਰਹੀ ਹਾਂਜੀ ਭੈਣ ਲੇਕਿਨ ਉਹਨੇ ਫਨ ਲੈਣ ਬਣਾਇਆ ਸੀ ਉਹਨੇ ਗੋਸ਼ਤ ਲੈ ਕੇ ਕਲਾਦਾ ਨਾਨ ਲੈ ਕੇ ਤੁਹਾਡੇ ਪਿੱਛੇ ਫਿਰੀ ਜਾਂਦੀ ਵੀ ਭਾਜੀ ਕਦੋਂ ਕਰਨਾ ਇਲਜ਼ਾਮ ਇਹਨਾਂ ਦੇ ਬਿੱਲੀਆਂ ਨੂੰ ਗੋਸ਼ਤ ਦਾ ਪਤਾ ਨੀ ਇੱਕ ਦਿਨ ਪਾਈਆ ਗੋਸ਼ਤ ਲੈ ਕੇ ਤੇ ਬਿੱਲੀ ਕਹਿੰਦੀ ਨਾ ਖਾਓ ਪਤਾ ਨੀ ਕੀ ਆ ਦਾਦੀ ਇੰਨੀ ਕੁ ਬੋਟੀ ਸਤਾਜੀ ਫਰੀਦ ਦੇ ਘਰੋਂ ਉਹਨੇ ਖਾਧੀ ਬਿੱਲੀ ਨੇ ਤੇ ਬਾਹਰ ਉਹ ਇੰਨੀ ਕੁ ਟੀਟ ਨੇ ਮਾਰਨ ਦੀ ਕੀਸੀਆਂ ਲਈ ਆ ਵੇ ਧਮਾਲਾਂ ਪਾਈ ਕਿਹੜੀ ਗੱਲੋਂ ਭਾਜੀ ਵੀ ਜਿੱਦਾਂ ਅਲਹਮਰਾ ਚੋਂ ਖੁਸ਼ੀ ਹਾਂ ਜਿੱਦਾਂ ਜਿਹੜਾ ਇੱਥੇ ਹੋਟਲ ਆ ਹੈ ਬਿੱਲੀ ਨੀ ਵੜ ਸਕਦੀ ਵੱਡੀਆਂ ਵੱਡੀਆਂ ਸੋਸਾਇਟੀਆਂ ਚ ਡਿਫੈਂਸ ਤੇਰੇ ਗਏ ਬੰਦੇ ਲੈਪਟਾਪ ਲੈ ਕੇ ਕੂੜਾ ਚੁੱਕਦੇ ਇਸ ਗਰਕਾ ਹੋ ਗਿਆ ਓਕੇ ਡਨ ਇੰਟਰ ਮਾਰੋ ਇੰਟਰ ਮਾਰੋ ਭਾਈ ਹੋ ਗਿਆ ਇਸ ਗਰਕਾ ਕੂੜਾ ਲਾਸਟ ਵਾਲੀ ਸ਼ਰਟ ਪਾਈ ਹੁੰਦੀ ਤੇ ਇੱਥੇ ਉਹ ਕੂੜਾ ਚੁੱਕਣ ਵਾਲੀਆਂ ਫੱਟੀਆਂ ਫਸਾਈਆਂ ਹੁੰਦੀਆਂ ਜਿਹਦੇ ਨਾਲ ਐ ਨਹੀਂ ਇੱਥੇ ਯਾਰ ਨਹੀਂ ਸਾਡੇ ਬਿੱਲੀ ਨਹੀਂ ਵੜ ਸਕਦੀ ਮੈਂ ਤੁਹਾਨੂੰ ਕੂੜੇ ਵਾਲਿਆਂ ਨੇ ਲਾਸਟ ਵਾਰਨਿੰਗ ਦਿੱਤੀ ਹੈ ਤੁਹਾਨੂੰ ਐਸ ਹਫਤੇ ਦੀ ਪਤਾ ਮਹੱਲੇ 100 ਰੁਪਇਆ ਦਿੰਦੇ ਹਫਤੇ ਦਾ ਇਹਨਾਂ ਕੋਲ 300 ਲੈਂਦਾ ਜਿੰਨਾ ਕੂੜਾ ਹੁੰਦਾ ਕੂੜਾ ਚੁੱਕਦਾ ਉਹਨੂੰ ਕੁਛ ਨੀ ਚੁੱਕ ਲੈਂਦਾ ਤੁਸੀਂ ਅਸਲ ਚ ਗਲਤ ਸਮਝ ਰਹੇ ਹੋ ਭਾਜੀ ਜਿਹੜਾ ਗੇਟਡ ਸੋਸਾਇਟੀਆਂ ਨੇ ਨਾ ਉਹਦੇ ਵਿੱਚ ਕੂੜੇ ਵਾਲੇ ਜਿਹੜੇ ਨੇ ਨਾ ਉਹਨਾਂ ਨੇ ਆਪ ਆਪ ਆ ਕੇ ਉਹਨਾਂ ਨੇ ਸਾਰਾ ਹੁੰਦਾ ਇਹਨੇ ਫਰੀਦ ਨੇ ਦਾਰ ਚੋਂ ਬੂਟੀ ਕੱਢ ਕੇ ਸੁੱਟੀ ਸੀ ਉਹ ਬਿੱਲੀ ਨੇ ਖਾ ਕੇ ਨਾ 17 ਕੁੱਤਿਆਂ ਨੂੰ 6 ਬਿੱਲੀਆਂ ਨੂੰ 5 ਬਿੱਲੀਆਂ ਨੂੰ ਦੱਸਿਆ ਸੀ ਫਰੀਦ ਦੇ ਘਰੋਂ ਅੱਜ ਮੈਂ ਬੂਟੀ ਖਾਧੀ ਇੰਨੀ ਕੁ ਬੂਟੀ ਖਾ ਗਈ ਸਾਡੀ ਪੂਰੀ ਗਲੀ ਚ ਬੱਚੇ ਉਰਦੂ ਬੋਲਦੇ ਆ ਔਰ ਤੁਸੀਂ ਹੁਣ ਵੀ ਸਾਜੀ ਨਹੀਂ ਮੈਂ ਆਪਣੇ ਸਾਰਾ ਸਿਸਟਮ ਉਰਦੂ ਬੋਲਦੇ ਆ ਤੇ ਇਹ ਵੀ ਨੀ ਕਹਿਣਾ ਪਾਪਾ ਜਾਂ ਬਾਬਾ ਉਹ ਬੁੜੇ ਕਿੱਥੇ ਲਾਵਾਂ ਨਹੀਂ ਨਹੀਂ ਉਰਦੂ ਬੋਲਦੇ ਆ ਸਾਰਾ ਦਿਨ ਮੈਨੂੰ ਆਵਾਜ਼ਾਂ ਅਬੇ ਓਏ ਮੁਲਤਾਨ ਜਦੋਂ ਅਸੀਂ ਗਏ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਇਸ ਕੋ ਗਾਲੀ ਨਿਕਾਲੇ ਉਹ ਕਰੈਕਟਰ ਹੈ ਜੀ ਜਿਵੇਂ ਵੈਸੇ ਮੈਂ ਉਹਨੂੰ ਕਿਹਾ ਦੁਆ ਦੇ ਦੇ ਕੋਈ ਮਾਂ ਭੈਣ ਉਹਨੇ ਕਰ ਔਰ ਦਾਨੇ ਜਨਮ ਗੱਲ ਇਹਨੂੰ ਕਹਿ ਨੂੰ ਕਿਹਾ ਮੈਨੂੰ ਗਾਲਾਂ ਕੱਢੇ ਮੈਨੂੰ ਫੀਲ ਨਹੀਂ ਹੋਣੀ ਆਉਂਦੀ ਪਤਾ ਨੀ ਕਿੱਦਾਂ ਕੱਢ ਗਿਆ ਮੈਨੂੰ ਅੰਦਰੋਂ ਗੁੱਸਾ ਆਉਣ ਲੱਗ ਗਿਆ ਬਿੱਲੀ ਨੂੰ ਬੋਟੀ ਪਾਈ ਆ ਬੋਟੀ ਖਾ ਕੇ ਬਿੱਲੀ ਬੇਹੋਸ਼ ਹੋ ਗਈ ਠੀਕ 3 ਘੰਟੇ ਬਾਅਦ ਬਿੱਲੀ ਪੱਕੀ ਸੀ
ਬਿੱਲੀ ਨੂੰ ਵੋਟੀ ਦੇਵੇ ਤੇ ਬਿੱਲੀ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਘੇਰ ਰਿਹਾ ਬੇਚਾ ਅਬਾਸ ਉਹਨਾਂ ਨੇ ਸ਼ਾਮ ਨੂੰ ਛਿੱਤਰ ਪਏ ਜਦੋਂ ਉਹਦੀ ਖਲ ਮਸੀਤੇ ਵੱਲ ਨੂੰ ਲੈ ਕੇ ਜਾਂਦੇ ਅਬਾਸ ਉਹਨਾਂ ਨੇ ਬਿੱਲੀ ਨੂੰ ਬੋਟੀ ਪਾਈ ਆ ਉਹ ਬਿੱਲੀ ਉਹਦੇ ਬੋਟੀ ਚ ਲੈ ਕੇ ਨਾ ਸਬਜ਼ੀ ਵਾਲਾ ਕੋਈ ਜਾ ਕੇ ਆ ਬੋਟੀ ਰੱਖ ਲਓ ਉਹਨੂੰ ਖੀਰਾ ਦਿੰਦੇ ਹਾਂ ਮੇਰੇ ਨਹੀਂ ਕਰਦੀ ਦਿਲ ਚੜੇ ਅਸੀਂ ਨਹੀਂ ਨਹੀਂ ਸਾਜੀ ਸੱਚੀ ਕਹਿ ਰਹੇ ਬਿੱਲੀ ਨੀ ਤੁਹਾਨੂੰ ਨਜ਼ਰ ਆਏਗੀ ਯਾਰ ਕਮ ਅਜ਼ ਕਮ ਚੇਂਜ ਕੀਤਾ ਵਾ ਤੇ ਤੂੰ ਇਹਦੇ ਚ ਬੁਰਾਈ ਕੀ ਆਪਣੇ ਆਪ ਨੂੰ ਬਸ ਸਾਫ਼ ਸੁਥਰਾਈ ਦੀ ਗੱਲ ਆ ਸਾਜੀ ਨਾ ਕੁੱਤਾ ਸਾਡੇ ਮਹੱਲੇ ਚ ਪੂਰੇ ਚ ਨਾ ਬਿੱਲੀ ਤੂੰ ਫਰੀ ਦੇ ਜਾਨਵਰ ਉੱਥੇ ਜਾਂਦੇ ਜਿੱਥੇ ਚਿਕਨ ਮਟਨ ਕੋਈ ਬੀਫ ਦਾ ਵਾਸਤਾ ਹੋਵੇ ਤੇਰੇ ਘਰ ਤੇਰੀ ਡੇਲੀ ਤੋਂ ਦੁਕਾਨ ਹੈ ਫਾਕਾ ਕਸ਼ੀ ਕਰਨ ਨੇ ਨੂਡਲ ਹੀ ਬਣਾਈ ਜਾਣੇ ਬੱਚੇ ਦਾ ਸੁੰਡਰ ਕੇ ਮੂੰਹ ਹੋ ਗਿਆ ਇਹ ਚੀਜ਼ਾਂ ਉੱਥੇ ਹੁੰਦੀਆਂ ਜੇ ਗੋਸ਼ਤ ਦੀ ਦੁਕਾਨ ਹੋਵੇ ਸਹੀ ਗੱਲ ਵੀ ਪੁੱਛੀ ਨਾ ਤੁਸੀਂ ਲੋਕ ਗੋਸ਼ਤ ਪਕਾ ਲਓ ਬਿੱਲੀਆਂ ਆ ਕੇ ਆਲੇ ਦੁਆਲੇ ਪੱਖਾ ਝੱਲਣ ਲੱਗ ਪੈਂਦੀਆਂ ਕਿ ਇਹ ਬਾਦਸ਼ਾਹ ਹੋ ਗਏ ਆ ਇਸ ਇਲਾਕੇ ਚ ਗੋਸ਼ਤ ਪਕਾ ਲਏ ਕਾਰਿਕ ਅੰਨਾ ਖਿਲਾਰ ਕੋ ਦੇ ਮੱਥੇ ਦੇਖਿਆ ਕੈਮਰੇ ਕੀ ਅੱਖ ਆਪ ਕੋ ਦੇਖ ਰਹੀ ਆਪਣੀ ਵੇਖਣੀ ਠੀਕ ਕਰ ਨਹੀਂ ਨਹੀਂ ਇਹਦੇ ਅੰਨੇ ਭਰਾ ਚ ਲੜਾਈ ਹੋ ਗਈ ਉਹਨੂੰ ਬੰਦਾ ਰੱਖਿਆ ਕੁੜੀਆਂ ਪਾਉਂਗਾ ਘੂਰੀ ਪਾ ਫਿਰ ਬੰਦਾ ਪੁੱਛੇ ਕਿ ਤੁਸੀਂ ਯਾਰ ਮੇਰੀ ਗੱਲ ਸੁਣੋ ਤੁਸੀਂ ਮਾਸ਼ਾਅੱਲਾ ਇਧਰਲੀ ਸਾਈਡ ਤੇ ਕਿਤੇ ਗੁਲਬਰਗ ਵਾਲੀ ਸਾਈਡ ਤੇ ਘਰ ਲੈ ਲਓ ਪੰਜ ਮਰਲੇ ਦਾ ਤਿੰਨ ਸਟੋਰੀਆਂ ਘਰ ਲਵੋ ਥੱਲੇ ਮਿੱਠਾ ਰਹਿ ਰਿਹਾ ਉੱਪਰ ਫਰੀਦ ਰਹਿ ਰਿਹਾ ਉੱਪਰ ਕਾਲੂ ਰਹਿ ਰਿਹਾ ਇੰਜ ਦਾ ਸੈਟਅਪ ਕਰ ਲਓ ਤੁਸੀਂ ਮਿਲ ਕੇ ਕਿਰਾਇਆ ਦੇ ਜਾਓ ਇੱਥੇ ਕਨਾਲ ਰੋਡ ਤੇ ਆ ਜਾਓ ਅੱਛੀ ਕਲੋਨੀ ਦੇ ਵਿੱਚ ਚਲੇ ਜਾਓ ਉਧਰ ਕਿਤੇ ਗੁਲਬਰਗ ਚਲੇ ਜਾਓ ਕਿਤੇ ਡਿਫੈਂਸ ਚਲੇ ਜਾਓ ਵਾਪਡਾ ਟਾਊਨ ਚਲੇ ਜਾਓ ਤਿੰਨੇ ਇਕੱਠੇ ਰਹੋ ਮੈਂ ਕਹਿੰਦਾ ਉਹ ਉਸਤਾਦ ਜੀ ਇਹ ਲੋਕ ਨਹੀਂ ਉਹ ਇੰਨੇ ਘਰ ਚ ਪੂਰੇ ਚ ਮਾਈਕ ਲਵਾਏ ਉਹ ਸਵੇਰੇ ਉੱਠ ਕੇ ਕਹਿਣ ਲੱਗ ਪੈਂਦੇ ਹੈਲੋ ਹੈਲੋ ਮਾਈਕ ਚੈੱਕ ਹੈਲੋ ਆਵਾਜ਼ ਆ ਰਹੀ ਮਿੱਠਾ ਜੀ ਮੈਂ ਕਹਿਸ਼ਾ ਕਲੋਨੀ ਠੀਕ ਆ ਸਾਡੇ ਇਲਾਕੇ ਨੂੰ ਗੋਲਡਨ ਸਿਟੀ ਕਹਿਣ ਲੱਗ ਪਏ ਕੀ ਕਹਿਣ ਲੱਗ ਪਏ ਸਾਡੇ ਇਲਾਕੇ ਨੂੰ ਬਾਜੀ ਕਿਉਂ ਗੋਲਡਨ ਸਿਟੀ ਗੋਲਡਨ ਸਿਟੀ ਭਾਜੀ ਗੋਲਡਨ ਬਾਰੇ ਵੀ ਕਿਰਤਾਂ ਦੇ ਲੈਂਦੇ ਨੇ ਤੁਸੀਂ ਗੋਲਡਨ ਸਿਟੀ ਸੜਕ ਤੇ ਤਰਪਾਲ ਬੰਦ ਕਰਨ ਗਿਆ ਬੇਹੋਸ਼ ਹੋ ਗਿਆ ਸੀ ਗੋਲਡਨ ਸਿਟੀ ਕਹਿਣ ਲੱਗ ਪਏ ਹੁਣ ਆਸਤਾ ਆਸਤਾ ਡਿਵੈਲਪਮੈਂਟ ਹੋ ਰਹੀ ਉਹਦੇ ਵਿੱਚ ਬਹੁਤ ਸਾਰੀ ਸਟਰੀਟ ਲਾਈਟ ਜਿਹੜੀ ਆ ਮੇਰੀ ਜ਼ੇਰ ਸਰਪ੍ਰਸਤੀ ਪੂਰੇ ਇਲਾਕੇ ਦੇ ਵਿੱਚ ਜਿਹੜੀ ਮੇਰੇ ਉਹ ਮਲਿਕ ਸਾਹਿਬ ਮੇਰੇ ਯਾਰ ਨੇ ਯਾਰ ਇਹਨਾਂ ਦੇ ਕੋਈ ਅਮੀਰ ਮਹਿੰਗਾ ਪਰਾਉਣਾ ਆਵੇ ਨਾ ਤੁਹਾਨੂੰ ਗੱਟ ਵਾਲੇ ਲਾਈ ਦੇ ਆਹ ਗੱਟ ਵਾਲੇ ਚਲਦੇ ਫੈਸਲਾਬਾਦ ਚ ਜੈਨੂਨ ਏਦਾਂ ਦੇ ਬੰਦੇ ਬੱਚੇ ਲੈ ਕੇ ਨਾ ਸਿਰਫ ਲਾਲਪੁਰ ਗੈਲਰੀਆ ਦੁਹਰਾਉਣ ਦੇ ਜੁਮੇ ਦੇ ਜੁਮੇ ਸਟਰੀਟ ਲਾਈਟ ਸਾਰੇ ਲਵਾਈਏ ਤਾਂ ਕਿ ਪਤਾ ਕੀ ਸਨੈਪਰਸ ਬਹੁਤ ਹੋ ਗਏ ਸਨ
ਮੋਬਾਈਲ ਸਨੈਪਰ ਜਿਹੜੇ ਨੇ ਨਾ ਤੇਰੇ ਵਾਸ਼ਰੂਮ ਜਿਹੜਾ ਬਲਬ ਉਹ ਲਮਕੜਾ ਜਿਵੇਂ ਚੌਂਸਾ ਨਹੀਂ ਲਮਕਦਾ ਹੁੰਦਾ ਪਰਾਉਣਾ ਇੰਜ ਪਰੇ ਕਰਕੇ ਬਲਬ ਨੂੰ ਫੇਰ ਕੇ ਜਾਂਦਾ ਹੁੰਦਾ ਕਿਤੇ ਛਾੜਨਾ ਪੈ ਜਾਵੇ ਤੂੰ ਇਹ ਗੱਲਾਂ ਕਰਦੇ ਉਮਰ ਲੰਘ ਜਾਣੀ ਤੇ ਮੈਂ ਤਰੱਕੀ ਕਰਦਾ ਰਹਿਣਾ ਦਿਖਾਈ ਜੋ ਤਰੱਕੀ ਕਰੇਗਾ ਚੂਸੀਆਂ ਚੀਕ ਮਾਰ ਜਿਹੜੀ ਚਿੱਥੀਆਂ ਚੀਕ ਮਾਰ ਉਹਦਾ ਡੱਬਾ ਲਿਆ ਕੇ ਦਿੱਤਾ ਬੱਚਿਆਂ ਨੂੰ ਵੱਲ ਪਕਾਲੇ ਫਲੋਫ ਦੇ ਕਿਤੇ ਗੱਲਾਂ ਸੁਣਾਉਂਦੇ ਬੱਚਿਆਂ ਨੂੰ ਮੈਂ ਚੂਸੀਆਂ ਚੀਕ ਮਾਰ ਲਿਆ ਕੇ ਯਾਰ ਕੋ ਤਫਸੀਲ ਚ ਨਾ ਪੈ ਜਾ ਚੀਕ ਚੀਕ ਮਾਰ ਕੇ ਤਾਂ ਜੀ ਉਹ ਬਿਸਤੀ ਗੱਲ ਕਰ ਤੂੰ ਵੀ ਕਰਨਾ ਤੇਰੇ ਚ ਹਿੰਮਤ ਹੈਗੀ ਤੇ ਐਵੇਂ ਵਰਸਟ ਇਲੈਕਟਰ ਨਾ ਬਣਿਆ ਕਰ ਨਾਲੇ ਬਿਸਤੀ ਆ ਤੂੰ ਬਿਸਤੀ ਸਮਝਣਾ ਇੱਥੇ ਬੈਠੇ ਨੂੰ ਇਹ ਤੂੰ ਹੇਟੋ ਹੁੰਦਿਆ ਮਾ ਤੈਨੂੰ ਬੜੇ ਚੈਲੰਜ ਚੁੱਕਣਾ ਇਦਾਂ ਦੇਗ ਚ ਬਹਿ ਕੇ ਮਸ਼ੂਗਣਾ ਵੀਡੀਓ ਕਾਲ ਕਰਨ ਦਿਆ ਕਹਿੰਦਾ ਮੈਂ ਖਲਾ ਤੇ ਚੱਲਾਂ ਦੇਗ ਚ ਬਹਿ ਕੇ ਥੱਲੋਂ ਨਾਈ ਨੇ ਅੱਗ ਲਾਤੀ ਕਹਿੰਦਾ ਮੈਂ ਖਲਾ ਚ ਜਾ ਰਿਹਾ ਸ਼ਟਰ ਚ ਬੈਠਾ ਖਲਾ ਚ ਗਿਆ ਵਾਪਸ ਆ ਗਿਆ ਘੰਟੇ ਪਾ ਕਹਿੰਦਾ ਮੈਂ ਕਹਿਣਾ ਸੀ ਸਰਾਣੇ ਦੇ 200 ਰੁਪਏ ਚੁੱਕ ਲਿਓ ਤੂੰ ਮਾਮਾ ਜਾ ਸਿੱਧਾ ਸਿੱਧਾ ਚਿੱਟੇ ਮਰਤਬਾਨ ਚਾਰ ਵਾਲੇ ਪਿੱਛੇ ਬਣੇ ਕਹਿੰਦਾ ਮੈਂ ਖਲਾ ਤੇ ਚੱਲਾਂ ਚਿੱਟੇ ਜੀ ਮੰਨੇ ਛੋਟੇ ਭਰਾ ਦੇ ਲੱਗ ਚ ਫੋੜਾ ਉਹਨੂੰ ਪਾ ਕਹਿੰਦਾ ਦੇਖੀ ਤੁਰਦਾ ਕਰੀ ਜਾ ਰਿਹਾ ਆਨ ਆਫ ਨੂੰ ਆਇਆ ਨਾ ਵੇਖੀ ਮੈਂ ਬਟਨ ਨੱਪੂਗਾ ਤੇ ਤੁਰੂਗਾ ਪੈਸੇ ਦਲ ਜਾਏਗੇ ਕਹਾਂ ਸੇ ਦੇਂਗੇ ਆਪਣੇ ਬੱਚਿਆਂ ਨੂੰ ਦੇ ਉਹ ਫ੍ਰੀ ਹੈਗੀ ਯਕੀਨ ਮੰਨ ਇਹੋ ਜਿਹਾ ਬੰਦਾ ਈਦ ਵਾਲੇ ਦਿਨ ਚਿੱਟਾ ਸੂਟ ਸਿਰਫ ਪਾਰਕ ਦਾ ਜੰਗਲਾ ਟੱਪਦੇ ਟੱਪਦੇ ਹੀ ਪੜਵਾ ਲੈਂਦਾ ਤੂੰ ਦੱਸਾਂਗੇ ਟਿਕਟ ਦਾ ਜੰਗਲਾ ਆਟੋ ਗੇਟ ਆ ਬੇਟੇ ਉਹ ਬੰਦ ਕਰ ਇੰਜ ਕਰ ਯਾਰ ਬੰਦ ਪਾਰਕ ਚ ਬੱਚੇ ਲੈ ਕੇ ਫਿਰੀ ਜਾਊਗਾ ਬਾਅਦ ਚ ਕੱਚਾ ਨਹੀਂ ਪੈਣਾ ਮਹਿੰਗੀ ਹੋ ਗਈ ਆ ਵਕੀਲਾਂ ਵਾਲੀ ਗਲੀ ਕਹਿੰਦੇ ਸਾਡੀ ਪੂਰੀ ਗਲੀ ਚ ਵਕੀਲ ਨੇ ਵਜੂ ਵਾਲੀ ਟੂਟੀ ਦੇ ਨਾਲ ਦੇ ਨਮਾਜ਼ੀ ਦੇ ਮੁਸਵਾ ਕਰਕੇ ਆਪਨੇ ਕਰ ਲਈ ਨਿਆਣਿਆਂ ਨੂੰ ਪਕੌੜਿਆਂ ਦਾ ਨੀ ਪਤਾ ਉਹ ਬਾਹਰ ਕਹਿੰਦੇ ਸੀ ਵੱਟੇ ਤਲੇ ਅੱਜ ਹੁਣ ਤੁਸੀਂ ਅੱਜ ਕੱਲ ਵੀ ਚੌਦਾਂ ਅਗਸਤ ਦੇ ਬੱਚੇ ਨੂੰ ਹਰੀ ਟੋਪੀ ਲੈ ਕੇ ਤੁਸੀਂ ਦਰਬਾਰ ਤੋਂ ਚੁੱਕ ਕੇ ਦੇਤੀ ਹਰੀ ਤੁਮ ਲੈ ਲਓ ਨਾ ਮੈਂ ਘਰ ਸੇ ਮਾੜਾ ਨਹੀਂ ਹੂੰ ਮੇਰੀ ਗਾੜੀ ਪੈਂਚਰ ਹੋ ਗਈ ਐਵੇਂ ਗੇੜੇ ਦਾ ਮਹਿਮਾਨ ਕੁਛ ਹੈ ਕਰ ਨੀ ਪੀਜ਼ਾ ਲਗਵਾ ਲੇ ਘਰ ਜਿਹੜਾ ਸਮੋਸਾ ਵਾ ਉਹ ਕੱਲਾ ਕਵਰ ਹੀ ਹੁੰਦਾ ਵਿੱਚ ਕੋਈ ਆਲੂ ਨਹੀਂ ਰੋਟੀ ਖਾ ਕੇ ਮੁੱਦਾ ਭਰ ਗਿਆ ਆਪਕੋ ਲਗਤਾ ਕਮੀ ਪੇਸ਼ੀ ਨਹੀਂ ਹੈ
ਦਰਵਾਜ਼ੇ ਤੇ ਵੀਲ ਚੇਅਰ ਦਾ ਪਤਾ ਤੈਨੂੰ ਵੀਲ ਚੇਅਰ ਹੁੰਦੀ ਇੱਕ ਇਨਸਾਫ ਵਾਲੀ ਮਸ਼ੀਨ ਇਵੇਂ ਤਾਂ ਕਰਕੇ ਸਿਆਣਾ ਬਜ਼ੁਰਗ ਮਹਿਮਾਨ ਆਇਆ ਨੇ ਆਪਣੇ ਮੁੰਡੇ ਨੇ ਕੁਰਸੀ ਕੱਢੋ ਕੁਰਸੀ ਕੱਢੋ ਸਰਾਖ ਵਾਲੀ ਕੱਟਤੀ ਉਹਨੇ ਉਹ ਕਹਿੰਦਾ ਮਰਿਆ ਹੋਇਆ ਕਿੱਧਰ ਕੱਢਤੀ ਪ੍ਰੇਸ਼ਨ ਸਿੱਟਣ ਵਾਲੀਆਂ ਲਾਈਟਾਂ ਘਰ ਲਿਆ ਕੇ ਉਹਨੂੰ ਰੰਗ ਕਰਕੇ ਥੱਲੇ ਡੀਜੇ ਪਾਇਆ ਗਾਣੇ ਚਲਾ ਰਹੇ ਯਾਰ ਹੈ ਚੀਜ਼ ਯਾਰ ਪ੍ਰੇਸ਼ਨ ਸਿੱਟਣ ਵਾਲੀਆਂ ਲਾ ਕੇ ਥੱਲੇ ਡੀਜੇ ਚਲਾਇਆ ਤੁਹਾਡੇ ਤੇ ਮਤਲਬ ਆਵੇ ਮਹਿਮਾਨ ਤੇ ਬਾਹਰ ਟੈਂਟ ਵਾਲੇ ਕੋਲ ਡੇਰਾ ਲਵਾ ਲੈਂਦੇ ਸਾਡੇ ਸ਼ੁਕਰ ਲਦਾਉਂਦਾ ਨੀ ਭਾਈ ਹੋਰ ਮਹੱਲੇ ਚ ਕੀ ਮਾੜੇ ਬੰਦੇ ਸਾਡੇ ਆਉਂਦੇ ਤੁਹਾਡੇ ਮਹੱਲੇ ਚ ਹੋਟਲ ਹੈ ਕੁਛ ਜੀ ਮੈਂ ਸੱਚੀ ਗੱਲ ਦੱਸਾਂ ਤੁਹਾਨੂੰ ਇਹ ਜਿਹੜੇ ਖਾਣੇ ਤੁਸੀਂ ਕਹਿੰਦੇ ਆ ਫਲਾਣੇ 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 ਕੜਾਈ ਯੇ ਵੋ ਤੁਸੀਂ ਸਾਡੇ ਮੁਹੱਲੇ ਖਾਣਾ ਸਤਾ ਜੀ ਕਾਲੇ ਦੀ ਕੜਾਈ ਸੁਭਾਨ ਅੱਲਾ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਤੁਸੀਂ ਕਿਸੇ ਟਾਈਮ ਚੱਕਰ ਲਾ ਕੇ ਵੇਖਣਾ ਸਭ ਤੋਂ ਜਿਹੜੀ ਅੱਛੀ ਹੈ ਨਾ ਫੈਸਲਾਬਾਦ ਦੀ ਉਹ ਗਲੀਆਂ ਮੁਹੱਲੇ ਚ ਲੱਭਦਾ ਖਾਣਾ ਆਂਡੇ ਗੰਡੇ ਜਿਹੜਾ ਬਣਾਉਂਦਾ ਆਂਡੇ ਗੰਡੇ ਮਸ਼ਹੂਰ ਆ ਦੇ ਤੁਸੀਂ ਨਾਮ ਸੁਣੋ ਆਮਲੇਟ ਆਮਲੇਟ ਮਸ਼ਹੂਰ ਆ ਉਹਦਾ ਕੜਾਈ ਦੇ ਵਿੱਚ ਆਮਲੇਟ ਇੱਥੇ ਇੱਕ ਮਿੰਟ ਫਾਈਨ ਡਾਈਨ ਮਰਹਬਾ ਨਾ ਕਬਾਬੀ ਤੂੰ ਕਾਲੇ ਕੋ ਆਉਣਾ ਕਾਲੇ ਕੋ ਕਾਲੇ ਦੀ ਕਿਤੇ ਖਾ ਲਓ ਨਾ ਜਿੱਦਾਂ ਕਾਲਾ ਕੀ ਹੋ ਨਾ ਹੀ ਕਿੱਦਾਂ ਦਾ ਨਹੀਂ ਨਹੀਂ ਨਾ ਹੁੰਦਾ ਜਿੱਦਾਂ ਫਰਜ਼ੰਦਾ ਭਲਵਾਨ ਆ ਉਹ ਨਾਮ ਹੋਰ ਨੇ ਸਾਹ ਜੀ ਕਾਲੇ ਦੇ ਹੋਟਲ ਤੋਂ ਤੂੰ ਕਿਸੇ ਟਾਈਮ ਆ ਕੇ ਉਸਤਾਦ ਜੀ ਤੁਸੀਂ ਜੈਲ ਫਰੇਜ਼ੀ ਉਹ ਜੈਲ ਫਰੇਜ਼ੀ ਜੈਲ ਫਰੇਜ਼ੀ ਨਹੀਂ ਹੁੰਦਾ ਉਹਨੇ ਜੇ ਕਾਲੂ ਕਲੇਟਰ ਕਿਹਾ ਤੇ ਤੂੰ ਵੀ ਜੈਲ ਫਰੇਜ਼ੀ ਕਿਹੜੀ ਦੀ ਅੱਛਾ ਜੈਲ ਫਰੇਜ਼ੀ ਲਫ਼ਜ਼ ਆ ਅਸਲ ਚ ਜੈਲੀ ਤੋਂ ਜੈਲ ਫਰੇਜ਼ੀ ਆ ਜਾਨ ਨਹੀਂ ਹੈਗਾ ਹਾਂ ਜੀ ਇਹ ਅਰਬੀ ਪਹਿਲੀ ਦਫਾ ਜਦੋਂ ਇਹਨਾਂ ਨੇ ਖਾਧੀ ਸੀ ਨਾ ਕਹਿੰਦੇ ਸੀ ਇਹ ਮੁਰਗਾ ਹੀ ਆ ਬਹੁਤਾ ਗੱਲ ਗਿਆ ਆ ਬਹੁਤਾ ਗੱਲ ਗਿਆ ਆ ਅਰਬੀ ਪੱਕੀ ਕਹਿੰਦਾ ਲਾਓ ਪਲੇਟ ਮੈਂ ਵਜ਼ੂ ਕਰ ਯਾਰ ਉਹ ਦੂਜੀ ਖਾਣ ਵਾਲੀ ਹੁੰਦੀ ਹੈ ਅਰਬੀ ਪਕਾ ਕੇ ਕਾਰੀ ਸਾਹਿਬ ਨੂੰ ਲੈ ਆਇਆ ਕਹਿੰਦਾ ਮੈਨੂੰ ਸਾਲਨ ਸਮਝਾਓ ਅਰਬੀ ਪਕਾ ਕੇ ਤਰਜੀ ਨੀ ਹੁੰਦੀ ਤਰੀ ਜੀ ਹੁੰਦੀ ਤਰੀ ਉਹਨੂੰ ਕਹੀ ਤਰਜਮਾ ਪਾਓ ਜੀ ਚੁੱਕ ਕੇ ਜਿੰਨੀ ਮਠਿਆਈ ਵਿਕਣੀ ਵਿਕ ਜਾਵੇ ਸ਼ਾਮ ਨੂੰ ਮਠਿਆਈ ਦੇ ਥਾਲ ਸਿੱਧੇ ਕਰਕੇ ਤਾਲੇ ਲਵਾਉਂਦਾ ਸੁੱਟ ਪਏ
ਉਪੜਾ ਲੱਡੂ ਸੁੱਟ ਵੀ ਨਾ ਵਾ 10,000 ਉਹਦੀ ਬੜੀ ਬੜੀ ਦੇਰ ਮਠਿਆਈ ਵਿਕਦੀ ਨੀ ਉਹਨੇ ਲਿਖਿਆ ਵਾ ਲੜਾਈਆਂ ਕੇ ਲਈ ਲੱਡੂ ਵੀ ਦਸਤਿਆ ਨਹੀਂ ਉਹਨੇ ਲਿਖਿਆ ਵਾ ਗਿੱਛੀ ਭੰਨਣ ਲੱਡੂ ਵੀ ਹੈ ਦਫ਼ਤਰ ਮੈਂ ਰੱਖਣੇ ਕਰੇ ਲੱਡੂ ਦਿੱਤੇ ਆ ਜਿਹੜੇ ਅੰਦਰ ਘੁਮਾਈ ਦਿੱਤੇ ਇੰਨੀ ਪੁਰਾਣੀ ਮਠਿਆਈ ਹੋ ਗਈ ਮਠਿਆਈ ਤੇ ਬੋਰ ਆਉਣ ਡਈ ਹੁਣ ਖਾਓ ਕਿਸੇ ਪਾਸੇ ਵੇਚੋ ਨਹੀਂ ਉਹਦੇ ਵੱਡੇ ਜਿਹੜੇ ਲੱਡੂ ਨਾ ਉਹਨਾਂ ਚ ਇੰਜ ਅੰਗੂਠਾ ਦੇ ਕੇ ਨਾ ਤੇ ਜੋੜ ਕੇ ਉਹਨੇ ਕਿਹਾ ਮਠਿਆਈ ਮੈਂ ਐਸਟਰਾ ਹੀ ਪੀਆ ਮਰ ਜਾਣੇ ਗੰਦੀਆਂ ਲੱਤਾਂ ਲਿਆ ਕੇ ਖਾਲੇ ਚ ਭਰ ਭਰ ਕੇ ਅੱਛਾ ਇਹਦੇ ਨਾਲ ਗੰਦੇ ਚਾਲੇ ਇਹਦੇ ਚ ਕੀ ਇੰਗਲਿਸ਼ ਮੀਡੀਅਮ ਦਾ ਤਾਜੀ ਇਹਨਾਂ ਦੇ ਪਿੰਡ ਚੋਂ ਕੋਈ ਮਠਿਆਈ ਲੈ ਲੈ ਨਾ ਉਹਦੇ ਚ ਵੀ ਬਿਲੀਅਰ ਦੀਆਂ ਪੀਸਾਂ ਆ ਜਾਂਦੀਆਂ ਕਾਲਾ ਗੁਲਾਬ ਜਾਮਨ ਉਹਨੂੰ ਭਲਾ ਕੀ ਕਹਿੰਦੇ ਆ ਕਮੀਨ ਦਾ ਹੀ ਹੈ ਉਹ ਕਮੀਨ ਨਹੀਂ ਉਹ ਕਵੀਨ 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 ਮੰਨਾ ਵੀ ਲਾਇਆ ਵਿੱਚ ਰਾਜੀ ਇਹਨਾਂ ਦੇ ਪਿੰਡ ਚ ਖੰਬੇ ਵੀ ਜਿਹੜੇ ਸਿਗਲਰ ਵਾਲੇ ਨੀ ਉਹ ਏਦਾਂ ਤਰਿਸ਼ਮੇ ਲੱਗੇ ਆ ਉਹ ਕਹਿੰਦੇ ਸਿੱਧੇ ਲਾਈਏ ਸਿਗਲਰ ਨੀ ਆਉਂਦੇ ਯਾਰ ਇੰਗਲਿਸ਼ ਮੀਡੀਅਮ ਚ ਪੜ੍ਹੇ ਇਹਦੇ ਬੱਚੇ ਟਵਿੰਕਲ ਟਵਿੰਕਲ ਸਟਾਰ ਭਲਾ ਕਿੱਦਾਂ ਬਣਦੇ Oh, hallelujah, twinkle, twinkle. Oh, twinkle. This is the dogo. A star. He told his children to listen to his prayer at night. Good night. Good night. He told his English medium. He told his children to listen to his dog. He told his gulloro. Gulloro. ਇੰਗਲਿਸ਼ ਮੀਡੀਅਮ ਦਾ ਨੁਕਸਾਨ ਦੋਸਤ ਦਾ ਫਾਇਦਾ ਕੋਈ ਨੀ ਹੈ ਬੱਚਿਆਂ ਨੂੰ ਤੂੰ ਸਲਾਹ ਸਿਖਾ ਸਲਾਹ ਤਰੀਕੇ ਉਸ ਵੀ ਤੂੰ ਚੁੱਪ ਕਰ ਮੈਂ ਕੀ ਕਿਹਾ ਮਾਹੌਲ ਇੱਦਾਂ ਦਾ ਜਲੇਬੀਆਂ ਨੂੰ ਭਲਾ ਕੀ ਕਹਿੰਦੇ ਸਵੀਟ ਗੁੰਜਲ ਸਵੀਟ ਗੁੰਜਲ ਹਾਂਜੀ ਸਵੀਟ ਗੁੰਜਲ ਮਿੱਠੇ ਗੁੰਜਲ ਦੇ ਦੇ ਯਾਰ ਲੈ ਦੱਸ ਹੋਰ ਤੇਰੇ ਅੱਛਾ ਮੇਰੀ ਗੱਲ ਸੁਣ ਮਾਰਟ ਹੈਗਾ ਤੂੰ ਤੁਹਾਡੇ ਉਸਤਾਦ ਜੀ ਮਾਰਟ ਉੱਥੇ ਹੈ ਹਾਂਜੀ ਹਕੂਮਤ ਨੇ ਕਿਹਾ ਵੀ ਸਸਤਾ ਰਮਜ਼ਾਨ ਬਾਜ਼ਾਰ ਜਿੰਨਾ ਲਾਈਆ ਬਾਅਦ ਹਿੱਟ ਹੋਇਆ ਨਾ ਕਿਤੇ ਵੀ ਨਹੀਂ ਇੱਥੋਂ ਐਵਰੇਜ ਨਿਕਲੀ ਤਾਂ ਸਸਤਾ ਰਮਜ਼ਾਨ ਬਾਜ਼ਾਰ ਦੀ ਕਿਤੇ ਵੀ ਨਹੀਂ ਤਾਜੀ ਇਹਨਾਂ ਦੇ ਵਾਕਈ ਮਾਠ ਹੈ ਲੇਕਿਨ ਉੱਥੇ ਕੰਡਾ ਉਹ ਪਿਆ ਜਿਹੜਾ ਇੱਧਰ ਚੁੱਕ ਕੇ ਨਹੀਂ ਤੋਲਦੇ ਤਾਂ ਅੱਛਾ ਮਾਠ ਕਿੱਡਾ ਕੁ ਮਾਠ ਮਤਲਬ ਹੁੰਦਾ ਕੈਸ਼ ਐਂਡ ਕੈਰੀ ਕੈਸ਼ ਐਂਡ ਕੈਰੀ ਓ ਹੋ 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 ਮੇਨ ਬ੍ਰਾਂਚ ਉੱਥੇ ਲਾਈਆ ਬਾਅਦ ਸਭ ਵੀ ਕੈਸ਼ ਐਂਡ ਢਾੜੀ ਉੱਥੇ ਵੀ ਹੈ ਤਾਜੀ ਇਹਨਾਂ ਦੇ ਜਿਹੜਾ ਮਾਠ ਨਾ ਉੱਥੇ ਤੂਰੀ ਵੀ ਲੱਭ ਜਾਂਦੀ ਚੋਕਰ ਵੀ ਲੱਭ ਜਾਂਦਾ ਉਹ ਦੁਨੀਆ ਦੇ ਹਰ ਮਾਠ ਤੇ ਇਹਨਾਂ ਹੀ ਮਾਠ ਕਹਿੰਦੇ ਆ ਚੱਲ ਬੱਚਾ ਹੈਗਾ ਫ੍ਰੀ ਹੁਣ ਤੇ ਕਤਲ ਕਰਦੇ ਉਹਨੂੰ ਨਾ ਲੋ ਕਰੀਅਰਨਾ ਸਟੋਰ ਹੈ ਬੈਠਕ ਚ ਨਹੀਂ ਹੁੰਦੇ ਮਾਰਟ ਮੂਟ ਯਾਰ ਇਹ ਕਿਹੜੀ ਗੱਲ ਓ ਯਾਰ ਨੇ ਕੈਸ਼ ਐਂਡ ਕੈਰੀ ਥੋੜੇ ਜੇ ਸੋਦੇ ਰੱਖੇ ਸਤਾਜ ਜੀ ਤੇ ਉਹਨੂੰ ਮਾਰਟ ਕਹੀ ਜਾਂਦੇ ਅੱਛਾ ਮਾਰ ਜੀ ਹਾਂਜੀ ਉਹ ਘਰ ਜੀ ਅੱਛਾ ਮਾਂ ਜੀ ਤੋਂ ਮਾਰ ਜੀ ਉਹ ਮਾਰ ਤੇ ਮਾਂ ਜੀ ਆਪਣੇ ਬੱਚੇ ਨੂੰ ਬਿਠਾ ਦਿੰਦੇ ਨੇ ਆਪਾਂ ਤੋਂ ਬਹਿ ਦੱਸ ਵੇੜਾ ਮਾਈ ਮੇਰੇ ਮੇਰੇ ਮਾਰਟ ਦਾ ਧਿਆਨ ਰੱਖੀ ਮੈਂ ਅੱਛਾ 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 ਸੁਪਰ ਮਾਰਕੀਟ ਮਾਰਟ ਟੈਂਪੋ ਉੱਥੇ ਠੀਕ ਹੈ ਜੀ ਕੈਸ਼ ਐਂਡ ਕੈਰੀ ਉੱਥੇ ਐਸ ਬੀ ਉੱਥੇ ਸਬਵੇ ਉੱਥੇ ਸਬਵੇ ਨਹੀਂ ਸਬਵੇ ਨਹੀਂ ਉੱਥੇ ਹੈਗਾ ਨਹੀਂ ਕਹਿੰਦੇ ਕੋਈ ਪਲੈਨਟ ਉਹ ਲਾ ਕੇ ਥਾਣਾ ਥੁਣਾ ਤਾਂ ਕੋਈ ਨਹੀਂ ਹੈਗਾ ਤਿੰਨ ਪੁਲਿਸ ਵਾਲੇ ਪੈਸੇ ਪਾ ਕੇ ਬੈਠਕ ਕਰਾਈ ਤੇ ਲਈ ਉੱਥੇ ਸਾਫ ਕਰਦੇ ਨੇ ਸਜ਼ਾਵਾਂ ਇਹ ਜੀਵ ਦਿੰਦੇ ਆ ਜਿਸ ਬੰਦੇ ਨੇ ਕਤਲ ਕੀਤਾ ਫਿਰ ਉਹਨੂੰ ਕੱਲ ਫੜ ਲਾ ਪਾ ਜਾਵੇ ਚੱਲ ਜਾਈਏ ਬਸ ਦੌੜ ਜਾਏ ਤੋ ਇਹਨੇ ਕਿਸੇ ਨਾਲ ਜ਼ਿਆਦਤੀ ਕੀਤੀ ਉਹਨੂੰ ਬਸ ਇਸ ਦਾ ਓਏ ਚੱਲ ਭੱਜ ਚੋਰੀ ਨੇਰਾ ਕਰਕੇ ਨਾ ਕਮਰੇ ਚ ਬਿਠਾ ਕੇ ਬਾਹਰ ਪੁਲਿਸ ਵਾਲਾ ਕਹਿੰਦਾ ਉਹ ਜਦੋਂ ਡਰ ਜਾਂਦਾ ਕਹਿੰਦੇ ਬਸ ਠੀਕ ਆ ਮਰ ਗਏ ਯਾਰ ਅਗਲੀ ਵਾਰ ਫੜ ਕੇ ਲੈਂਦਾ ਕਹਿੰਦਾ ਭਾਜੀ ਕੋਈ ਸਜ਼ਾ ਔਰ ਦੇ ਦੇਣਾ ਮੇਰਾ ਤਰਾ ਨਿਕਲ ਜਾਂਦਾ ਇਹਨੇ ਸਜ਼ਾ ਵੀ ਅੰਜ ਬੋਲਦੀ ਹੈ 15 ਮਿੰਟ ਬਾ ਮੁਸ਼ਕਤ ਕਰ
ਹਕੀਮ ਕੋ ਕਹਿੰਦਾ ਮੈਂ ਰੋਕ ਜਾਗਾ ਕਹਿੰਦਾ ਘਰ ਜਗ੍ਹਾ ਨੀ ਸੀ ਆਇਆ ਕਹਿੰਦਾ ਮੈਂ ਕਿਹਾ ਪਤਾ ਯਾਰ ਨੀ ਕੋਈ ਮਰਜ਼ ਵੈ ਘਰ ਕਹਿੰਦਾ ਤੇਰਾ ਪ੍ਰਾਹੁਣੇ ਆਇਆ ਸੀ ਘਰ ਜਗ੍ਹਾ ਸ਼ਾਦੀ ਹਾਲ ਗੱਡੀਆਂ ਪੰਜ ਸੱਤ ਲੱਗ ਜਾਣ ਲਾੜਾ ਆਵੇ ਤਾਜ ਮਹਿਲ ਸ਼ਾਦੀ ਹਾਲ ਉੱਥੇ ਤਾਜ ਮਹਿਲ ਹਾਂਜੀ ਤਾਜ ਮਹਿਲ ਸ਼ਾਦੀ ਹਾਲ ਆ ਫਿਰ ਉੱਥੇ ਸਿਰਫ ਖਾਜ ਮਹਿਲ ਕਰੋ ਤੁਸੀਂ ਤਾਜ ਮਹਿਲ ਰਹਿਣ ਦਿਓ ਕਿਊਲੀਅਮ ਮਾਲ ਆ ਹਾਂਜੀ ਇਹਦਾ ਇਲਾਕੇ 'ਚ ਟੈਂਟ ਐਸਾ ਲੱਗਦਾ ਵਾ ਇਹ ਉੱਧਰ ਲੇਡੀਜ਼ ਆ ਇੱਧਰ ਜੈਂਟਸ ਆ ਤੁਹਾਨੂੰ ਸਾਫ਼ ਪਤਾ ਲੱਗੂਗਾ ਬੰਦਾ ਕੋਲ ਉਹ ਖਰਸ਼ੈਤ ਵੀ ਆਈ ਆ ਤੁਰਨ ਵਾਲਿਆਂ ਦਾ ਸਿਗਨਲ ਵੱਖਰਾ ਜੱਫੀਆਂ ਦੇ ਵੱਖਰੇ ਉਹ ਮੇਰੇ ਬੋਲਾ ਯਾਰ ਅੱਛਾ ਹੋਰ ਫਰੀਦ ਲੇਕਿਨ ਉਹ ਡਿਵੈਲਪ ਹੋ ਗਿਆ ਵਾ ਅੱਗੇ ਨਾਲੋਂ ਖਾਲਸ ਚੀਜ਼ ਦਾ ਹਰ ਚੀਜ਼ ਦੁੱਧ ਖਾਲਸ ਖਾਲਸ ਅੱਛਾ ਮੈਂ ਨਾ ਘਿਓ ਖਾਲਸ ਫਰੀ ਦੁਆ ਕਰਦਾ ਅੱਲਾ ਕੋਈ ਜਨਮ ਗੱਲ ਆ ਤੂੰ ਕਿਤੇ ਕੋਈ ਫਿਲਮ ਫੁਲਮ ਕਰ ਨਾ ਕੋਈ ਫਿਲਮ ਕੀਤੀ ਨਾ ਕੋਈ ਤੂੰ ਐਸਾ ਟੂਰ ਕੀਤਾ ਵਾ ਜਿਸ ਵੀ ਹਫ਼ਤੇ ਵੀ ਖਾਲਸ ਦੂਧ ਖਾਲਸਾ ਲੈ ਤੂੰ ਗੱਚੇ ਕੁਝ ਗੱਚਾ ਖਾਤੇ ਆਇਆ ਕਿਆ ਕਰ ਮਰੁੰਡਾ ਕਹਿ ਤਾਂਗਰ ਕਹਿ ਤੂੰ ਵੱਡਾ ਤੁਸੀਂ ਯਕੀਨ ਉੱਥੇ ਗੱਲਾਂ ਕਰਦਾ ਜਾ ਕੇ ਤਾਂ ਬੂਹਾ ਖੜਕਾਉਣਾ ਦਾ ਬੱਚਾ ਇਸ ਹਾਲ ਚ ਨਿਕਲੂ ਆਪੂ ਭਾਰਤ ਨਹੀਂ ਆ ਆਪੂ ਭਾਰਤ ਨਹੀਂ ਆ ਇੱਥੇ ਕਮੀਜ਼ ਸਾਇਆ ਬੰਨਿਆ ਹੁੰਦਾ ਇਹ ਤਾਂ ਬੂਹਾ ਛੱਡੋ ਨਾ ਯਕਦਮ ਤੇ ਆਵਾਜ਼ ਐਦਾਂ ਆਉਂਦੀਆਂ ਜਿਵੇਂ ਚੂਚੇ ਨੂੰ ਬਿੱਲੀ ਪੈ ਗਈ ਹੈ ਤੇਰੇ ਇਲਾਕੇ ਚ ਉੱਡਣ ਵਾਲੀਆਂ ਕਾਰਾਂ ਵੀ ਆ ਗਈਆਂ ਮਾਰ ਨਾ ਖਾਣਾ ਟੱਪਦੇ ਸੀ ਡਰ ਲੱਗਦਾ ਸੀ ਫੈਰ ਵੱਜਣਾ ਏਦਾਂ ਹੀ ਅੱਛਾ ਸਾਡੇ ਇਲਾਕੇ ਚ ਫੈਰ ਵੱਜ ਜਾਂਦੇ ਸੀ ਬੰਦੇ ਮਰ ਗਏ ਈਦ ਆ ਦਿਨ ਸਾਰੇ ਭਰਾ ਨਹਾ ਧੋ ਕੇ ਨਿਕਲ ਐ ਲੱਗਦਾ ਕੱਚੇ ਕੇ ਡਾਕੂ ਪੈ ਗਏ 14 ਸਾਲ ਬਾਅਦ ਕਿਤੇ ਇਹਦਾ ਗਿਆ ਤੇ ਉਹਨੇ ਦੇਖਿਆ ਘੰਟਾ ਘਰ ਵੀ ਇੱਥੇ ਤੇ ਉਹਨੇ ਖਾ ਪਾਤੀ ਉਹਨੇ ਕਿਹਾ ਜੋ ਕੋਲੰਬਸ ਤੇ ਅਮਰੀਕਾ ਦਰਿਆਫਤ ਕੀਤਾ ਸੀ ਮੈਂ ਫੈਸਲਾਬਾਦ ਚ ਘੰਟਾ ਘਰ ਦਰਿਆਫਤ ਕਰਦੀ ਸਾਡਾ ਰਜ਼ਾਬਾਦ ਕਿਉਂ ਹੋਣਾ
ਨਹੀਂ ਭੈਣ ਸਾਡਾ ਰਜ਼ਾਬਾਦ ਪਤਾ ਕੀ ਗੱਲ ਆ, ਉਹ ਤੇ ਹੈ ਹੀ ਸ਼ਹਿਰ ਦੇ ਵਿੱਚ ਆ, ਠੱਕ ਕਰਕੇ ਗੁਲਾਮਾਬਾਦ, ਰਜ਼ਾਬਾਦ, ਮੁਹੰਮਦਪੁਰਾ, ਨੜਵਾਲਾ ਚੌਕ, ਵੱਡਾ ਕਬਰਸਤਾਨ, ਨਿਜ਼ਾਮ ਸਾਰਾ, ਆਈਡੀਅਲ ਬੈਕਰੀ, ਫਲਾਣੀ ਬੈਕਰੀ, ਸਾਰਾ ਨਿਜ਼ਾਮ ਫੇਰ ਵੀ ਹੈਰਾਨਗੀ ਵਾਲੀ ਗੱਲ ਈ ਜੀਆਂ ਸਮੇਤ ਦੱਸ ਤਕਰੀਬਨ ਥੋੜੀ ਵਧਾ ਲਾ, ਹੋਰ ਕੀ ਆ, ਬੜਾ ਆਪਣੀ ਵੱਲੋਂ ਘੱਟ ਦੱਸਿਆ ਰਜ਼ਾਬਾਦ ਤੇ, ਉਹ ਇੰਚਾਂ ਦੇ ਹਿਸਾਬ ਨਾਲ ਬੇਟੇ ਤੁਹਾਡੇ ਮੁਹੱਲੇ ਚ ਜਿੰਨੇ ਜਾਣਾ ਵਾ ਫਲਿੱਪ ਵਾਲੀਆਂ ਮੋਟਰਸਾਈਕਲਾਂ ਨੇ, ਉਹ ਇੰਜ ਤੇ ਮੁੜਦੀ ਹੀ ਨੀ, ਉਹ ਇੰਜ ਖਿਲਾਰ ਕੇ ਅੱਗੋਂ ਇੰਜ ਕਰੀਦੀ ਆ, ਫਿਰ ਪਿੱਛੋਂ ਇੰਜ ਕਰੀਦੀ ਤੇ ਫਿਰ ਇੰਜ ਜਾਂਦੀ, ਐਡੀ ਤੰਗ ਗਲੀ ਆ, ਰਕਸ਼ਾ ਗਿਆ ਮੁੜ ਕੇ ਕੱਟ ਕੇ ਕੱਢਿਆ ਉੱਥੇ। ਹਾਂਜੀ ਗੱਲਾਂ ਕਰਦਾ ਭਰਾਵਾ, ਚੇਂਜ ਹੀ ਰਕਸ਼ਾ ਅਗਲੇ ਫਾਸਤੀ ਬੈਲਟ ਬੰਨਦੇ ਆ, ਸਵਾਰੀ ਉਹ ਬਾਹਰ ਲਾਉਂਦੀ ਆ, ਪਹਿਲੇ ਗੱਲ ਕਰਦੇ ਭਾਜੀ ਪੈਸੇ ਭਾਵੇਂ 50 ਕੱਟ ਦੇ ਦੇਣਾ ਬਾਜੀ, ਅਸੀਂ ਅੰਦਰ ਨਹੀਂ ਜਾਣਾ। ਹਾਂਜੀ ਚਾਰ ਦਿਨ ਪੁਲਿਸ ਨੇ ਆ ਕੇ ਗੱਡੀਆਂ ਕੱਢੀਆਂ, ਉਹਨੇ ਜੇਦਬਾਜ਼ੀ ਚ ਇੱਕ ਨੇ ਇੱਧਰ ਖਿਲਾਰੀ, ਇੱਕ ਨੇ ਇੱਧਰ ਖਿਲਾਰੀ, ਚਾਰ ਦਿਨ ਤੁਹਾਡੇ ਉੱਥੇ ਹੜਤਾਲ ਬੰਦ ਰਿਹਾ, ਬੰਦ ਰਿਹਾ, ਉਹ ਪੁਲਿਸ ਨੇ ਆ ਕੇ ਮਿੰਤਰਲਾ ਕਰਕੇ ਦੋਵੇਂ, ਉਹਨੇ ਕਿਹਾ ਇਕੱਠੀਆਂ ਬਾਹਰ ਕੱਢੋ ਭਾਜੀ, ਹੱਥ ਚ ਬੁਲਟ ਫੜ ਕੇ ਤੇ ਟ੍ਰੇਨ ਚ ਬੈ ਕੇ ਨਾ ਬੁਲਟ ਟ੍ਰੇਨ ਚ ਬੈਠਾ। ਆਹੋ ਦੱਸ ਹਾਂਜੀ, ਇਲੈਕਸ਼ਨ ਵੀ ਹੁਣ ਸ਼ੁਰੂ ਹੋਏ ਆ। ਹਾਂਜੀ ਪਹਿਲੇ ਉਹ ਕਿਸ਼ਤੀਆਂ ਚੱਲਦੀਆਂ ਚੱਪੂ ਵਾਲੀਆਂ ਪੂਰੇ ਰੋਡ ਦੇ ਵਿੱਚ, ਨਹੀਂ ਨਹੀਂ ਉਹ ਜਿਹੜੇ ਸਾਈਕਲ ਤੇ ਛੱਡ ਕੇ ਆਉਂਦੇ ਸੀ, ਹਾਂਜੀ ਪਿੱਛੇ ਸਵਾਰੀ ਪਾ ਕੇ ਸਾਈਕਲ ਉਹ ਚੱਲਦੇ ਸੀ, ਤੇ ਸਾਈਕਲ ਵੀ ਨਹੀਂ ਸੀ ਹੁੰਦਾ, ਕਈ ਘਰੇੜੇ ਛੱਕ ਕੇ ਛੱਡਾਂ ਤੁਸੀਂ, ਆਹੋ ਚਲੋ ਚੱਲੀ। ਹਾਂਜੀ ਸਾਡੇ ਹਾਲ ਤੇ ਉਹਨਾਂ ਨੂੰ ਤੂੰ ਕਹਿ ਕੇ ਆਇਆ ਪੀ ਆਏ ਦਿਨ ਪਰ ਵੱਡੇ ਕਰ ਲਓ ਜਰਾ ਸਾਡੇ ਲਾਗੇ, ਭਾਜੀ ਇਹਨਾਂ ਦੇ ਘਰ ਦੇ ਬਾਹਰ ਨਿਕਲੋ ਨਾ ਚੌਂਕ ਚ, 10-12 ਬੰਦੇ ਰਾਤ ਨੂੰ ਖੜੇ ਹੁੰਦੇ, ਹਾਲੇ ਵੀ ਜਾਓ ਨਾ, ਕਿਉਂਕਿ ਤੁਹਾਡਾ ਅੰਦਰ ਜਾਣ ਨੂੰ ਦਿਲ ਨਹੀਂ ਕਰਦਾ, ਉਹ 20 ਰੁਪਏ ਲੈ ਕੇ ਨਾ ਸਿਰ ਪਤਾ ਕਰਕੇ ਆਉਂਦੇ ਆ ਵੀ ਅਸ਼ਫਾਕ ਹੈਗਾ ਘਰ ਕਿ ਨਹੀਂ, ਬਾਹਰੋਂ ਬੰਦਾ ਭੇਜਦੇ। ਹਾਂ ਉਹ ਚੌਂਕ ਜਾਂਦਾ ਤਾਂ ਭਾਜੀ ਨੂੰ ਦੱਸੋ ਕਿਹਨੂੰ ਮਿਲਿਆ, ਯਾਰ 3 ਨੰਬਰ ਗਲੀ ਚ 9 ਨੰਬਰ ਘਰ ਅਸ਼ਫਾਕ ਦਾ ਪਤਾ ਕਰਦਾ, 20 ਰੁਪਏ ਦਿਓ, 20 ਰੁਪਏ ਜਾ ਕੇ ਉਹ, ਕਿਉਂਕਿ ਉਹਨੂੰ ਉੱਥੇ ਦੇ ਉਹਨਾਂ ਨੂੰ ਪਤਾ ਵਾ, ਉਹ ਆਪ ਜਾਵੇ ਬੰਦਾ ਤੇ ਵਾਪਸ ਨਹੀਂ ਆਉਂਦਾ, ਉਹ 20 ਰੁਪਏ ਲੈ ਕੇ ਆ ਕੇ ਦੱਸਦੇ ਨਹੀਂ ਭਾਜੀ ਉਹ ਕਹਿੰਦੇ ਐਨ ਗਿਆ ਹੁਣ ਜਿਹਦਾ ਨਾਲ ਖੜੇ ਹੋ ਮੈਂ ਲੈ ਕੇ ਜਾਤਾ ਉੱਪਰ। ਅੱਲਾ ਏਡੀ ਤੰਗ ਗਲੀ ਹੈ, ਇੱਕ ਬੰਦੇ ਨੇ ਗਲੀ ਚੰਗਰਾਈ ਲਈ, ਉਹਦੀਆਂ ਕੋਣੀਆਂ ਨੂੰ ਕਰੰਟ ਪੈ, ਪੌਣੇ ਦੋ ਕਦੋ ਡਾਠਾ ਡਾਕਾ ਭਾਜੀ ਹੈ ਵਾਹ ਕੀ ਹੋਇਆ ਓਏ ਉਸਤਾਦ ਜੀ, ਓਏ ਤੂੰ ਉਹਨੂੰ 50 ਲੱਖ ਦਾ ਵੇਚ ਦੇਵੇ ਨਾ, ਤੈਨੂੰ 50 ਲੱਖ ਮਿਲੇ ਤੇ ਤੂੰ ਨਾ ਵੇਚੇ ਤੇ ਤੂੰ ਹੋਵੇ, ਹਾਂ ਤੇ ਵੇਚ ਦੇਵੇ ਤਾਂ ਵੀ ਜਿਹੜਾ ਇਹਦਾ ਇਲਾਕਾ ਵਾ ਨਾ, ਇੱਥੇ ਜਿਹੜੇ ਗਰੇਜ਼ ਹੁੰਦੇ ਨਾ ਸਿਗਰਟ ਸੁਗਰਟ ਪੀਣਾ ਹੁੰਦਾ ਸੀ, ਬਸ ਇਹ ਪ੍ਰੋਫੈਸ਼ਨਲ ਸੀ ਇਲਾਕਾ, ਖੁੱਲ੍ਹਾ ਏਰੀਆ ਸੀ, ਜੰਗਲ ਪਾਣੀ ਤੇ ਨਾ ਤਾਂ ਮੱਕੂਣਾ ਜੀ ਸਿਗਰ ਵੀ ਇੱਥੇ ਕਿੱਥੇ ਪੀਣ ਆਉਂਦੇ ਸੀ, ਪਾਸ ਐਸੇ 10 ਮਿੰਟ ਦਾ ਜੰਗਲ ਪਾਣੀ ਆਇਆ ਉਹਨੇ ਇੱਥੇ, ਆਹੋ ਚਾ ਝੰਡਾ ਵੀ ਤੇ ਹੁਣ ਜੇ ਕਸੀਨੋ ਬੰਦ ਕੀਤਾ ਨਾ, ਮੈਂ ਡਰ ਗਿਆ ਫਰੀ, ਤੂੰ ਗੁੱਸਾ ਕਰੀ ਮੈਂ ਕਰਨਾ ਵਾ, ਦਿਲ ਤੇ ਲੈ ਗਿਆ ਗੱਲ, ਦਿਲ ਤੇ ਲੈ, ਇਹਦੇ ਪਿੰਡ ਹੰਡੇ ਵੀ ਖੁੱਲੀ ਪੈਪਸੀ ਮਿਲਦੀ ਹੈ, ਅੱਧਾ ਕਿਲੋ ਪੈਪਸੀ, ਤੂੰ ਖੁੱਲੀ ਪੈਪਸੀ ਦੀ ਗੱਲ ਕਰ, 4 ਰੁਪਏ ਦੀ ਪੈਪਸੀ ਪਾ ਵਿੱਚ, ਇਹ ਉਹ ਲੋਕ ਆ ਸਤਾਜ ਜੀ ਜਿਹੜਾ ਛਾਬੇ ਨੂੰ ਦੇੜ ਕੇ ਗੁੱਸਾ ਬਣਾ ਲੈਂਦੇ, ਸਹੀ ਗੱਲ, ਤੂੰ ਪੈਪਸੀ ਦੀ ਗੱਲ ਕਰ, ਦਵਾਈਆਂ ਖੁੱਲੀਆਂ ਮਿਲਦੀਆਂ, ਖਾਂਦਾ ਸੀ ਤੇ ਖੁੱਲਾ ਲਿਆ, ਅੱਧਾ ਚਮਚਾ ਦੇ ਦੇ, ਡੇਢ ਚਮਚਾ ਦੇ ਦੇ, ਉਹ ਹਿਸਾਬ ਪਾਇਓਡੀਨ ਖੁੱਲੀ ਮਿਲਦੀ ਹੈ,
ਉਹ ਜਿੱਦਾਂ ਪਾਨਾ ਲੈਣੇ ਨੀ ਰੱਖਿਆ ਹੁੰਦਾ ਅੱਗੇ, ਏਦਾਂ ਮੈਡੀਕਲ ਸਟੋਰ ਲੈਣੇ ਸਿਰਫ ਖੋਲ ਕੇ ਰੱਖੇ ਨੇ ਯਾਰ, ਇੱਕ ਬਰੂਫਨ ਤੇ ਇੱਕ ਪੈਨਲ ਸਿੱਟਾ ਮੋਲ ਨਾ ਪਾ ਦੇ, ਉਹ ਇੰਜ ਹੀ ਕਰਨਾ ਲਾ ਮੂੰਹ ਕਰ ਆਪਣਾ 10 ਰੁਪਏ ਇੰਜ ਸਿਰਫ ਰੱਖੇ ਉਹਨੇ ਦੂਰੋਂ ਇੱਦਾਂ ਵੱਡੇ ਡੱਬਿਆਂ ਚ ਪਾ ਕੇ ਨਾਲ ਉਹਨੇ ਚਮਚੀਆਂ ਵਿੱਚ ਰੱਖੀਆਂ ਨਾਲ ਬਰਫ਼ ਰੱਖੀ ਉਹਨੇ ਭਰਾਵਾ, ਉੱਥੇ ਕੋਰਸ ਕੁਰਸ ਨੀ ਚੱਲਦੇ ਏਡ ਦਾ ਵੀ ਕਹੂਗਾ ਖੁਰਾਕ ਬਣਾ ਦੇ ਯਾਰ ਤੇਰੀ ਵੀ ਜਿਗਰ ਟੰਗੇ ਆ 70 ਰੁਪਏ ਦਾ ਜਿਗਰ ਲੈ ਲਓ, ਟ੍ਰਾਂਸਪਲਾਂਟ ਹਾੜ ਵੀ ਮਿਲ ਜਾਂਦੇ ਚੱਲਦੇ ਚੱਲੇ ਚੱਲੇ, ਤੂੰ ਮਿੱਠੇ ਨਹੀਂ ਮਾੜਾ ਲੱਗਦਾ ਭਰਾਵਾ, 35 ਰੁਪਏ ਵਾਲ ਪਾ ਦਿੰਦਾ ਦਿਲ ਦਾ ਜਗ੍ਹਾ ਵੇਚ ਕੇ ਮੱਕੂ ਸ਼ਿਫਟ ਹੋਇਆ, ਬੜਾ ਸਾਫ ਸੁਥਰਾ 20 ਲੱਖ ਰੁਪਏ ਮਰਲਾ ਜਗ੍ਹਾ, ਹਾਂਜੀ ਸ਼ਰਤ ਲਾ ਮੇਰੇ ਨਾਲ, ਚਲੋ ਉੱਥੇ ਨਾਲੋਂ ਤੇ ਠੀਕ ਹੀ ਹੈ ਯਾਰ, 13 ਲੱਖ ਕੱਲ ਨੂੰ ਫੇਰ ਵੀ ਬਿਹਤਰ ਕੀ ਹੋ ਗਿਆ, ਨਹੀਂ ਨਹੀਂ ਸਹੀ ਗੱਲ ਆ, ਕਿਤੇ ਨਿਕਲ ਉੱਥੋਂ, ਕਿਉਂ ਨਿਕਲਾਂ ਕਿਸੇ ਮਾੜੇ ਇਲਾਕੇ ਚ ਆ ਜਾ ਦੁਨੀਆ ਚ, ਸਾਜੀ ਮੇਰੀ ਵਜ੍ਹਾ ਤੋਂ ਉਸ ਇਲਾਕੇ ਦਾ ਜਿਮ ਹੈਗਾ ਉੱਥੇ ਕੋਈ ਜਿਮ, ਜਿਮ ਵੀ ਐਸ ਕਿਉਂ ਨਹੀਂ ਹੋਏਗਾ, ਤਾਰਕ ਜਿਮ ਵੱਡਾ ਜਿਮ, ਤਾਰਕ ਜਿਮ, ਤਾਰਕ ਜਿਮ ਤੇ ਬਾਹਰ ਬੜਾ ਸੋਹਣਾ ਮਾਲ ਸ਼ੀਵ ਰੱਖੇ ਆ ਉਹਨੇ, ਤਾਰਕ ਡੌਲਾ ਮੇਕਰ ਯਾਰ ਉਹਨੇ, ਤਾਰਕ ਡੌਲਾ ਮੇਕਰ ਘਿਓ ਵਾਲੇ ਡੱਬੇ, ਤਾਰਕ ਸਿਕਸ ਪੈਕ ਵਾਲੇ, ਅਫਜ਼ਲ ਸਿਕਸ ਪੈਕ ਸਟੋਰ, ਤਾਰਕ ਫਿਟਨੈਸ ਸਹੀ ਹੋ, ਫਿਟਨੈਸ ਸਹੀ, ਅੱਛਾ ਉਹ ਦੋ ਇੱਕ ਬੰਦਾ ਡੱਬਰ ਲਾਉਂਦਾ ਮੈਂ ਦੂਜਾ ਬਾਹਰ ਖਲੋਦਾ ਸਿਗਰਟ ਪੀ ਲਾਉਂਦਾ, ਉਹਨੇ ਵਿਹਲੇ ਕਰਨੇ ਤੇ ਮੈਂ ਜਾਣਾ, ਤਾਰਕ ਜਿਮ ਕਲੀਨਾ ਵਾਲਾ ਲੈ ਗਲੀਚਰ ਲੈ, ਪੂਰੇ ਜਿਮ ਚ ਲੋਹੇ ਦਾ ਡੰਬਰ ਨਹੀਂ ਆਇਆ, ਔਰ ਇਹ ਰੁਪਏ ਨਹੀਂ ਬਣਾਈ ਦੇ ਉਹ ਸਾਰੇ, ਤਾਜੀ ਇਹਨਾਂ ਦੇ ਪਿੰਡ ਚ ਤੇ ਮਤਲਬ MPA ਆ ਜਿਹੜਾ ਨਾਜ਼ਮ ਇਹ ਨਹੀਂ ਹੁੰਦੇ, ਉਹ ਇੱਕ ਜਣਾ ਹੀ ਕਹਿੰਦਾ ਯਾਰ ਕੀ ਮੈਂ ਐਵੇਂ ਨਾ ਡਾਕੂ ਇਹਨਾਂ ਦੇ ਪਿੰਡ ਗਏ ਲੁੱਟਣ, ਉਹਨਾਂ ਨੂੰ ਇੱਜ਼ਤ ਤੋਂ ਇਲਾਵਾ ਕੁਛ ਨੀ ਲੱਭਾ, ਇਹਨੂੰ ਵੀ ਨੀ ਪਤਾ ਕੀ ਕਿਹਾ ਕਿੰਨੀ ਦੇਰ ਇਹਨਾਂ ਨੇ ਦਬਾਣਾ ਨੀ ਖਾਧਾ, ਕਿਉਂ ਗੱਲਾਂ ਸਮਝਦੇ ਰਹੇ ਉਹ, ਫਿਰ ਇੱਕ ਆਣ ਕੇ ਸਾਹਮਣੇ ਖਾਧਾ, ਫੇਰ ਇਹਨਾਂ ਨੂੰ ਪਤਾ, ਉਹ ਫਲ ਤਾਂ ਪਤਾ ਹੀ ਨੀ ਭਰਾਵਾ ਇਹਨਾਂ ਨੂੰ, ਸਾਨੂੰ ਨੀ ਪਤਾ ਤੇਰਾ ਮਹੱਲਾ ਮਤਲਬ ਠੀਕ ਆ ਯਾਰ, ਸਾਡੇ ਭਰਾ ਸਾਰੇ ਕੁਛ ਹੈਗਾ ਸੀ, ਤੇ ਵੈਸੇ ਛੇੜਖਾਨੀ ਕਰਦੇ ਆਪਣੀ, ਤੂੰ ਜਦੋਂ ਮਰਜ਼ੀ ਬਕਵਾਸ ਕਰ, ਆਪਣੀ ਤੂੰ ਬੂਥੀ ਬਣਾ ਲੈਣਾ, ਕਿਹੜੀ ਮੈਂ ਬੂਥੀ ਜਦੋਂ ਦਾ ਕਰਨ ਦੇ ਤੂੰ ਚੁੱਪ ਕਰਕੇ ਬੈਠਾ, ਨਹੀਂ ਕਿਹੜੀ, ਏਦਾਂ ਕਦੀ ਹੁੰਦਾ ਜੀ, ਏਦਾਂ ਕਦੀ ਹੁੰਦਾ ਜੀ, ਦੱਸੋ ਅੱਛਾ ਜੀ ਏਦਾਂ ਹੋ ਗਿਆ ਤੇ ਮੈਂ ਏਦਾਂ ਕਰ ਲਿਆ, ਦੱਸੋ ਕੋਈ ਗੱਲ ਕਰਨ ਵਾਲੀ, ਇੰਜ ਨਾ ਕਰ, ਗੱਲ ਕਰਨੀ ਤੇ ਅੱਜ ਵੈਸੇ ਵੀ ਸ਼ੇਪ ਦਿੱਤੀ
ਗਿੱਲੀ ਰੇਤ ਵਰਗਾ ਮੂੰਹ ਲੈ ਕੇ ਬੈਠਾ ਵਾ ਕਿਤੇ ਐਸੀ ਗੱਲ ਤੇ ਕੌਣ ਹੱਸਦਾ ਵਾਲਾ ਵੀ ਗਿੱਲੀ ਰੇਤ ਵਰਗਾ ਮੂੰਹ ਲੈ ਕੇ ਬੈਠਾ, ਇਹਦੇ ਤੇ ਹਾਸਾ ਆਉਂਦਾ, ਤੁਸੀਂ ਕਿਉਂ ਨੀ ਹੱਸਿਆ, ਉਹ ਕਿਉਂ ਨੀ ਹੱਸਿਆ? ਗਿੱਲੀ ਰੇਤ ਦਾ ਵਰਗਾ ਮੂੰਹ ਹੁੰਦਾ, ਗਿੱਲੀ ਰੇਤ ਜਿਹੜੀ ਨਾ ਉਹ ਇੱਦਾਂ ਦੀ ਹੁੰਦੀ, ਇਕੱਠੀ ਹੋਈ ਜਾਂਦੀ, ਜੰਮੀ ਹੁੰਦੀ, ਉਹ ਚ ਬਾਂਹ ਦੇ ਕੇ ਪੁੱਲ ਨੀ ਸੀ ਬਣਾਈ ਦਾ ਥੱਲੇ ਐਂ ਕੱਢ ਕੇ ਚੈਨਕ ਚੌਂਕ ਸਤਾਜੀ ਉਹਦੇ ਅੱਗੇ ਬਹਿ ਕੇ ਵਾਲਾਂ ਚੋਂ ਚਿੰਗਮ ਲਾਉਂਦੇ ਜਿਮ ਗਿਆ ਸਤਾਜੀ ਪੁੱਠੇ ਲਵੇ ਪੈਕ ਕਰਨਾ ਨੀ ਗੇਮ, ਇੰਜ ਕਰਕੇ ਪੁੱਠਾ ਲੱਭ ਪਿਆ ਜੇਬ ਚੋਂ ਸਾਰੇ ਠੀਪੇ ਬਾਹਰ ਆ ਗਏ ਦੋ ਡੱਬੀਆਂ ਸੀਟਾਂ ਦੀਆਂ ਪਾ ਕੇ ਮੂੰਹ ਚ ਨਸਵਾਰ ਰੱਖ ਕੇ ਵੀ ਲੋਕੀ ਲੱਗੇ ਹਾਂਜੀ ਉਹ ਲੋਕ ਤੁਰੇ ਤੁਰੇ ਜਾਂਦੇ ਜੁੱਤੀ ਤਾਂ ਸੁੱਟ ਕੇ ਆਹੋ ਇਹਨਾਂ ਦੀ ਖੇਡ ਉਹ ਆ ਜਿਹੜਾ ਇਲਾਕਾ ਵਾ ਨਾ ਉਹਦੀ ਹੈਲਪਲਾਈਨ ਵਾਲੀ ਓਦਾਂ ਦੀ ਹੈ, ਸਿਆਲਕੋਟ ਚ ਕੀ ਹੋਣਾ ਸੀ, ਸਿਆਲਕੋਟ ਚ ਕਿੱਦਾਂ ਰੁਕੇ ਜੇ ਉਹ ਕਿਤੇ ਉਹ ਸੈਣ ਜੀ ਬਾਈ ਨੇ ਪੁੱਤ ਬਾਗਰ ਕਹਿਣ ਡਈ ਆ ਵੀ ਤੇਰਾ ਪੈਕੇਜ ਮੁੱਕਿਆ, ਮਿਹਰਬਾਨੀ ਕਿਤੇ ਪੈਸਾ ਪਾਓ ਕਰਾ ਲਓ। ਮੈਂ ਦੱਸੋ ਇਹਨਾਂ ਸਿਆਲਕੋਟ ਵਾਲੀ ਕਿੱਦਾਂ, ਨਹੀਂ ਨਹੀਂ ਉਹ ਉਧਰ ਹੈ ਨਾ ਹਰੀਪੁਰ ਜਿਹੜੇ ਕਿ ਉਹਨਾਂ ਦੇ ਇਦਾਂ ਹੀ ਉਧਰ ਦੀ ਜ਼ੁਬਾਨ ਆ। ਹਾਂਜੀ ਮੈਂ ਬਿਆਣੀ ਆ, ਜਿਹੜਾ ਤੁਸੀਂ ਨੰਬਰ ਮਲਾਈ ਕੇ ਨਾ, ਇਹ ਨੰਬਰ ਵਾਲਾ ਬੰਦਾ ਕਿਤੇ ਬਿਜ਼ੀ ਏ, ਤੁਸੀਂ ਕਿਸੇ ਹੋਰ ਨੂੰ ਮਲਾਈ ਕੇ ਨੋ ਬੰਦਾ ਦੀ ਮਲਾਈ ਕੇ ਨੋ ਯਾਰ। ਇੱਕ ਉਹ ਵੀ ਕਹਿੰਦੇ ਤੁਸੀਂ ਪਖਤੂਨ ਤੋਂ ਪਾਰ ਆ, ਉਹ ਇਦਾਂ ਵੀ ਕਹਿੰਦੇ ਸੀ ਜਦੋਂ ਤੁਸੀਂ ਗਲਤ ਮੁੜੋ ਤਾਂ ਕਹੋ ਉਹ ਭਾਈ ਜੁਗਤ ਮਾਰ ਦੇ ਨਾਲ, ਮੇਰੀ ਡਿਊਟੀ ਕਾਹਤੋਂ ਲਾਈ ਹੋ, ਸਿੱਧਾ ਹੀ ਲੰਘ ਗਿਆ ਤੈਨੂੰ ਮੈਂ ਕਈ ਵੀ ਜਾ ਰਿਹਾ ਕੋਈ ਸੱਜੇ ਹੋ ਜੀ ਸੱਜੇ ਹੋ ਜਿਹੜੀ ਲੋਕੇਸ਼ਨ ਦੱਸਦੀ ਉਹ ਆਹੋ ਪੰਜਾਬੀ ਚ ਜਦੋਂ ਸਿੱਧਾ ਜਾਣਾ ਹੋਵੇ ਉਹ ਕਵੇ ਲੈ ਵੀ ਦੱਬ ਰੱਖ ਸਿੱਧਾ ਸਿੱਧਾ ਮੋੜੀ ਨਾ ਮੋੜੀ ਨਾ ਨਹੀਂ ਸਿੱਧਾ 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 ਜੇ ਕਿਤੇ ਗਲਤ ਵਰਗ ਹਾ ਕੇ ਤਰ ਪਾ ਲਿਆ ਤੂੰ ਭਾਈ ਉੱਤੋਂ ਦੀ ਆ ਹੁਣ ਉੱਤੋਂ ਦੀ ਗਾਂ ਲੰਘ ਗਿਆ ਅੱਖ ਲੱਗ ਗਈ ਆ ਆਹੋ ਉਹਨੇ ਇਹ ਕਹਿਣਾ ਕਿ ਟੋਇਆ 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 ਇਹ ਨੈਵੀਗੇਸ਼ਨ ਦਾ ਵੈਸੇ ਬਹੁਤ ਸਾਰੀਆਂ ਜ਼ੁਬਾਨਾਂ 'ਚ ਹੈ ਵਾ, ਚਾਈਨੀਜ਼ ਜ਼ਬਾਨ 'ਚ ਵੀ ਹੈ ਉਸਤਾ ਜੀ। ਹਾਂ ਸਾਰੇ ਵੈਸੇ ਨਾਰਮਲ ਤੇ ਤੁਸੀਂ AI ਜਿਹੜੀ ਟੈਕਨੋਲੋਜੀ ਹੈ ਨਾ ਕੋਈ ਸੋਫਟਵੇਅਰ ਤੋਂ ਉਹਦੇ 'ਚ ਤਾਂ ਬਹੁਤ ਲੈਂਗੁਏਜ, ਹਿੰਦੀ ਆ ਗਈ, ਹਿੰਦੀ ਬਹੁਤ ਜਗ੍ਹਾ 'ਤੇ ਆ ਗਈ, ਉਰਦੂ ਆ ਗਈ ਵਿੱਚ, ਪੰਜਾਬੀ ਵੀ ਆ ਗਈ, ਲੇਕਿਨ ਉਹ ਗੁਰਮੁਖੀ ਪੰਜਾਬੀ ਉੱਧਰ ਵਾਲੀ। ਸਾਡਾ ਹਲੇ ਕੁਛ ਵੀ ਨਹੀਂ ਆਇਆ, ਸਾਡੇ ਪਾਸ ਸਾਡਾ ਹੈਗਾ ਉਰਦੂ ਹੈਗੀ, ਇੰਗਲਿਸ਼ ਹੈਗੀ, ਇੰਗਲਿਸ਼ ਸਾਡੀ ਆ, ਲੇਕਿਨ AI ਹਿੱਟ ਨਹੀਂ ਹੋਣਾ। ਮੈਂ ਦੱਸਦਾ AI ਨੂੰ ਨੁਕਸਾਨ ਬਹੁਤ ਘੱਟ ਹੈ, AI ਨੇ ਹਿੱਟ ਕਰਤਾ ਸਾਰਾ ਕੁਛ, ਬਹੁਤ ਘੱਟ ਪੈਣਾ। ਉਸ ਤੋਂ ਅਗਲੀਆਂ ਗੇਮਾਂ ਚੱਲ ਪਈਆਂ ਨੇ, ਕਹਿੰਦਾ ਇਹ ਜੀ ਕੁਛ ਲੋਕ AI ਤੋਂ ਡਰਦੇ ਆ ਕਿ ਕੰਮ ਖਰਾਬ ਕਰੇਗੀ। ਹਾਂਜੀ ਨਹੀਂ ਕੰਮ ਖਰਾਬ ਤੇ ਮੋਬਾਈਲ ਨੇ ਵੀ ਕੀਤਾ, ਹਾਂਜੀ ਕੰਮ ਖਰਾਬ ਤੇ ਨੈਟ ਨੇ ਵੀ ਕੀਤਾ, ਕੰਮ ਖਰਾਬ ਤੇ ਗੂਗਲ ਨੇ ਵੀ ਕੀਤਾ, ਹਾਂਜੀ ਕੰਮ ਖਰਾਬ ਤੇ ਸਾਰਿਆਂ ਨੇ ਕੀਤਾ। ਸਹੀ ਯੂਜ਼ ਕਰ ਲਓ, ਗਲਤ ਯੂਜ਼ ਕਰ ਲਓ,
ਜਦੋਂ ਬਿਜਲੀ ਆਣੀ ਸੀ ਨਾ ਨਵੀਂ ਨਵੀਂ, ਉਦੋਂ ਵੀ ਲੋਕੀ ਏਦਾਂ ਹੀ ਡਰਦੇ ਸੀ, ਲੋ ਜੀ ਹੁਣ ਕਰੰਟ ਲੱਗ ਲੱਗ ਕੇ ਬੰਦੇ ਖਤਮ। ਹਾਂਜੀ ਤੇ ਦੇਖੋ ਨਾ ਜਦੋਂ ਬਿਜਲੀ ਆਈ ਉਸ ਤੋਂ ਬਾਅਦ ਕਿੰਨੇ ਬੰਦੇ ਮਰੇ ਹੁੰਦਾ ਕਰੰਟ ਲੱਗ ਕੇ, ਕੰਮ ਤੇ ਉਹਨੇ ਵੀ ਖਰਾਬ ਕੀਤਾ। ਇਹ ਏਦਾਂ ਹੀ ਆ, ਤੁਸੀਂ ਤੁਹਾਡੀ ਯੂਜ਼ਿੰਗ ਤੇ ਆ, ਤੁਸੀਂ ਕਿੱਥੇ ਯੂਜ਼ ਕਰ ਰਹੇ ਹੋ। ਹਾਂਜੀ ਨਹੀਂ ਏ ਆਈ ਨਹੀਂ ਆਉਣੀ ਚਾਹੀਦੀ, ਬੰਦਿਆਂ ਦੀ ਕਤਲ ਮੁੱਕ ਜਾਣੀ। ਹੁਣ ਲੂਮਾ ਦੇਖ ਲਾ, ਏ ਆਈ ਚਲਾਉਣ ਡਿਆ ਤਾਂ ਬੱਚਾ ਬਹਿ ਗਿਆ ਘਰ। ਆ ਵੀ ਗਈ ਨਾ ਤੇ ਮਾਫ ਕਰ ਦੇਣ ਵਾਲਾ ਵੱਡਾ ਹੁੰਦਾ, ਤਾਂ ਗੁੱਸਾ ਨਹੀਂ ਕਰੀਦਾ, ਐਵੇਂ ਜਜ਼ਬਾਤੀ ਨਹੀਂ ਹੁੰਦੀ। ਕੁਛ ਲੁਟਾ ਕੇ ਆਉਣੀ ਹੈ ਵੀ ਤੂੰ ਮੈਨੂੰ ਕਹੀ ਜਾਣਾ ਬਿੱਲੀ ਦਾ, ਤੇ ਹਰ ਜਿਹੜੀ ਬੋਨਸ ਚੀਜ਼ ਆ ਉਹਦੇ ਵੱਲ ਭੇਜੀ ਜਾ ਰਿਹਾ। ਖੈਰ ਸਾਜੀ, ਲੇਕਿਨ ਹੁਣ ਲੜਾਈ ਪੜਾਈ ਆਪਣੀ ਜਗ੍ਹਾ, ਬੱਚਿਆਂ ਵੱਲ ਦੇਖੋ, ਉਹਨਾਂ ਦੀ ਜ਼ਿੰਦਗੀ ਨਾਲ ਬਰਬਾਦ ਕਰੋ। ਇਹਨਾਂ ਨੂੰ ਵੀ ਮੈਂ ਕਹਿਣਾ ਵਾ, ਤੁਸੀਂ ਵੀ ਥੋੜਾ ਜਿਹਾ ਤਹਮਲ ਕਰੋ। ਕਿਉਂ ਜੀ ਪ੍ਰੀਤ ਸਾਹਿਬ, ਜੇ ਨਾ ਇਹਨਾਂ ਦੀ ਆਪਸ ਚ ਬਣੀ ਨਾ ਫਿਰ ਤੁਸੀਂ। ਹਾਂ ਮੈਂ ਤੁਹਾਡਾ ਵੀ ਕੋਈ, ਮੇਰੇ ਜ਼ਿਹਨ ਚ ਮੈਨੂੰ ਤੁਸੀਂ ਤਸਵੀਰਾਂ ਘਲਾਈਆਂ ਨੇ ਸਾਡੀਆਂ ਦੀਆਂ ਭੈਣਾਂ ਦੀ, ਕੋਈ ਰੋਲ ਨਹੀਂ, ਆਪਣਾ ਖਿਆਲ ਰੱਖੋ ਜੀ ਆਪਣਾ। ਬਹੁਤ ਦਾਜੀ, ਇਹਨਾਂ ਦੇ ਪੇਟ ਫਰੀਦ ਦੇ ਕੋਈ ਆਰਡਰ ਮੰਗਾ ਲਵੇ ਨਾ ਆਨਲਾਈਨ, ਉਹ ਮੋਟਰਸਾਈਕਲ ਤੇ ਨਹੀਂ ਆਉਂਦਾ, ਇੱਥੇ ਅੰਦਰ ਪਾ ਕੇ ਆਉਂਦਾ। ਉੱਥੇ ਪਿੱਛੇ ਕੁੱਤੇ ਭੌਂਕਦੇ ਹੁੰਦੇ। ਅੱਛਾ ਇਹਨਾਂ ਦੇ ਜਿਹੜਾ ਐਫ ਐਮ ਤੇ ਆਰ ਜੇ ਨਾ, ਉਹ ਕਹਿੰਦਾ ਭਾਜੀ ਇੱਕ ਫੋਨ ਕਰਕੇ ਸਿਰਫ ਮੈਨੂੰ ਇਹ ਦੱਸ ਦਿਓ ਵੀ ਕੋਈ ਸੁਣਨ ਵੀ ਦਿਆ ਕਿ ਨਹੀਂ। ਸਿਰਫ ਉਹਦੇ ਸਾਹਮਣੇ ਘਰ ਤੇ ਇਧਰਲੇ ਤੇ ਇਧਰਲੇ ਘਰ ਆਉਂਦਾ, ਉਹਦਾ ਇੰਨਾ ਕੁ ਏਰੀਆ ਲੱਗਾ, ਤੇ ਉਹ ਜਿਹਨਾਂ ਦੇ ਘਰ ਜਾਂਦਾ ਨਾ ਉਹਨੇ ਨਾਲ ਪਾਏ ਹੁੰਦੇ ਉੱਥੇ ਬੁਲਾ ਕੇ, ਉਹਦੇ ਨਾਲ ਬੈਠੇ ਹੈਂਡ ਫਰੀ ਲਾ ਕੇ ਸੁਣ ਰਹੇ ਸ਼ੋਅ ਦਾ। ਰਜ਼ਾਬਾਦ ਬੇਟਾ ਤੂੰ ਗਿਆ ਹੀ ਨੀ ਕਦੀ, ਰਜ਼ਾਬਾਦ ਤੂੰ ਗਿਆ ਹੀ ਨੀ, ਮਸ਼ਹੂਰ ਮਰੂਫ ਲੱਗਿਆ ਚਾਪਾ ਖਾ ਕੇ। ਹਾਂਜੀ ਰਜ਼ਾਬਾਦ ਬੇਟਾ ਸਿੱਧਾ ਨਾਪਿਆ ਤਾਂ ਦੁਨੀਆ ਦੀ ਹਰ ਚੀਜ਼ ਉੱਥੇ, ਲੇਕਿਨ ਉਹਦੇ ਨਾਲ ਗੁਲਬਰਗ ਆ, ਤੁਸੀਂ ਗੁਲਬਰਗ ਚ, ਤੇਰੇ ਦੇ ਘਰ ਤੋਂ ਗੁਲਬਰਗ ਕਿੱਥੇ ਜਾਣਾ ਬੰਦੇ ਨੇ, ਅੱਲਾ ਮਾਤਰਗ ਉਹਨੂੰ ਗੁਲਬਰਗ ਕਹਿਣ ਲੱਗ ਪਿਆ, ਜਿੱਥੇ ਆਈਡੀਅਲ ਬੇਕਰੀ ਆ ਸਾਰਾ, ਜਿੱਥੇ ਸਾਰੇ ਬ੍ਰਾਂਡਸ ਨੇ ਪੂਰੀ। ਅੱਛਾ ਜੀ, ਉਹ ਪੈਦਲ ਰਸਤਾ ਵਾ, ਮੈਂ ਜਿਹੜੇ ਦੱਸੇ ਉਹ ਬ੍ਰਾਂਡ ਤੁਸੀਂ ਰੋਲ ਦੇ, ਨਹੀਂ ਲੇਕਿਨ ਉਹ ਹੈ ਨਹੀਂ, ਅਸੀਂ ਵੇਖੇ ਨਹੀਂ ਕਦੀ। ਤੁਸੀਂ ਗਏ ਕਿਦੋਂ ਜੇ? ਲਓ ਲਓ ਫਰੀ ਜਾਣਦੇ, ਪਰਸੋਂ ਉੱਥੇ ਡਿੱਗਿਆ ਵਾ, ਖਾਲਾ ਪਰਸੋਂ ਉੱਥੇ ਡਿੱਗਿਆ, ਤੇਰੇ ਮਕਾਨ ਤੇ ਦੋ ਤਿੰਨ ਵਾਰੀ ਗਿਆ ਵੇਖਣ ਉਹ ਗਲੀ ਚ, ਮੈਨੂੰ ਪਤਾ ਨੀ ਭਲਾ, ਅੱਲਾ ਮਾਫੀ ਦੇਵੇ। ਗੱਡੀ ਨੀ ਲੱਗੀ ਦੱਸੋ? ਆਹੋ ਉਹ ਪੰਪ ਤੇ ਲੋਣੀ ਪਈ ਪਿੱਛੇ ਜਾ ਕੇ, 3300 ਕਿਲੋਮੀਟਰ। ਚਲੋ ਜੀ, ਲੋ ਜੀ ਨਾਲ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ, ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੇ ਮੈਂ ਜਨਾਬ ਜੀ ਤੁਹਾਨੂੰ ਕੀ ਕਹਿ ਰਿਹਾ ਸਾਂ, ਵੈਸੇ ਅਸੀਂ ਦੋਸਤ ਭਰਾ ਨੇ ਸਾਡੇ ਬਹੁਤ ਸਾਰੇ ਉੱਥੇ ਰਹਿੰਦੇ ਲਾਈਆ ਬਾਅਦ, ਬੜਾ ਅੱਛਾ ਇਲਾਕਾ, ਬੜਾ ਪਿਆਰ ਵਾਲਾ, ਉੱਥੇ ਸਾਰੇ ਹੋ ਗਏ ਸੀ, ਵੈਸੇ ਸ਼ੁਗਰ ਕਰਦੇ ਹਾਂ ਵੀ ਦਿਲ ਨੂੰ ਨਹੀਂ ਲੈਣੀ ਗੱਲ, ਉਹਨੇ ਹਿਸਾਬ ਹਿਸਾਬ ਦੇ ਨਾਲ ਆਪਣੇ ਕਿੰਨੇ ਆ ਜਿੱਥੋਂ ਜਿੱਥੋਂ ਉਹਨੇ ਹੁਣ ਜਾ ਕੇ ਗੇਮ ਪਾਉਣੀ ਨਾ, ਹੁਣ ਇਹਨੇ ਸਭ ਤੋਂ ਪਹਿਲੇ ਤਾਰਕ ਜੇਮ ਵਾਲੇ ਕੋਲ ਜਾਣਾ, ਕਹਿਣਾ ਭਾਜੀ ਆ ਦੇਖ ਲੈਣਾ ਤਾਰਕ ਜੇਮ, ਕੋਈ ਨੀ ਕੋਈ ਨੀ ਹੈਗਾ, ਕੋਈ ਨੀ। ਅੱਛਾ ਐਵੇਂ ਬਕਵਾਸ ਕਰ ਰਹੇ ਹੋ, ਇਹ ਲੱਗਦਾ ਜਿਮ ਹੈ ਹੀ ਨੀ ਉੱਥੇ। ਨਹੀਂ ਜਿਮ ਕਿੱਥੇ ਲਾਈਏ ਪਾਸ, ਉੱਥੇ ਦੋ ਇੱਟਾਂ ਫੜ ਕੇ ਸਵੇਰੇ ਸਵੇਰੇ ਪਤਾ ਲੱਗਾ। ਸੁਣ ਲਓ, ਗਾਣਾ ਗਾਇਆ ਇਲਾਕਾ ਮੈਨੂੰ ਬਹੁਤ ਅਜ਼ੀਜ਼ ਆ, ਉੱਥੇ ਜਦੋਂ ਜੀ ਰਸਤੇ ਦੇ ਵਿੱਚ ਹੀ ਇੰਨੇ ਬਾਡੀ ਬਿਲਡਰ ਪਏ ਹੁੰਦੇ ਨੇ ਰਾਤਾਂ ਦੇ ਅੱਗੇ, ਇਹ ਦੇਖ ਲਓ। ਚਲੋ ਹੁਣ ਨਾ ਦੱਸ, ਨਹੀਂ ਨਹੀਂ ਹੁਣ ਹੁਣ ਮੈਨੂੰ ਤਾਰੀਫ ਕਰ ਲੈਂਦੇ ਥੋੜੀ, ਬੜਾ ਅੱਛਾ ਇਲਾਕਾ ਉੱਥੇ, ਸਾਡੇ ਬੜੇ ਪਿਆਰ ਵਾਲੇ ਜੀ ਨੇ ਸਾਰੇ ਉੱਥੇ ਹੈਗੇ ਨੇ, ਤੇ
ਮਾਇੰਡ ਨਹੀਂ ਕਰਨਾ ਬਾਰ ਲੈ ਅਸੀਂ ਤੇ ਇਸ ਤੋਂ ਗੱਲ ਕੀਤੀ ਨਾ ਕਿ ਇਹਨੇ ਸ਼ੁਰੂ ਚ ਹੀ ਕਰਤੀ ਕਿ ਜੀ ਵਕੀਲਾਂ ਵਾਲੀ ਗੱਲੀ ਆਪ ਇਹਨੇ ਜਾਣ ਕੇ ਆਹ ਬੈਲ ਮੁਝੇ ਮਾਰ ਆਹ ਮਿੱਠੇ ਮੁਝੇ ਮਾਰ ਇਹਨੇ ਕੀਤਾ ਮਿੱਠੇ ਦਾ ਕਿਸ ਤਰ੍ਹਾਂ ਮੀਟਰ ਆਉਣ ਹੋ ਜਾਂਦਾ ਨਾ ਫਿਰ ਉਹਨਾਂ ਨੂੰ ਸਮੇਂ ਲੱਗਦੀ ਨੇ ਦੱਸ ਨਹੀਂ ਉਹ ਆਫ ਕਰਨਾ ਮੈਨੂੰ ਪਤਾ ਵਾ ਮੈਂ ਇੱਕ ਮਿੰਟ ਚ ਕਰਦੇ ਸਿਰਫ ਮੈਂ ਕਹਿਣ ਡਿਆ ਚਲੋ ਯਾਰ ਬੱਚਾ ਹੈਗਾ ਮਾਰੀ ਨਾ ਮੇਰੇ ਨਿੱਕੇ ਨਿੱਕੇ ਬੱਚੇ ਹੈ ਤੇਰੀ ਮਿਹਰਬਾਨੀ ਚਲੋ ਜੀ ਚਲੋ ਭਾਜੀ ਨਿੱਕੇ ਨਿੱਕੇ ਹੁੰਦੇ ਚਲੋ ਭਾਜੀ ਰੱਬ 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 ਇੱਥੋਂ ਹੀ ਦੂਸਰਾ ਸ਼ੁਰੂ ਕਰ ਲਵ ਯੂ ਭਾਜੀ ਲਵ ਯੂ ਭਾਜੀ ਲਵ ਯੂ ਭਾਜੀ ਲਵ ਯੂ